ਉਹ 5 ਮਾਰਚ ਹੋਈ ਐ ਅੱਛਾ ਚਲੋ ਠੀਕ ਐ ਠੀਕ ਐ ਠੀਕ ਐ ਠੀਕ ਐ ਫਿਰ ਤਗੜੇਓ ਕਰੇ ਕੰਮਕਾਰ ਅੱਜ ਮੈਂ ਮਜ਼ਾਕ ਅਲੀ ਗੱਲ ਨਹੀਂ ਸੱਚੀ ਦੱਸਾਂ ਪਹਿਲੀ ਵਾਰ ਅੱਜ ਮੈਂ ਬ੍ਰੇਕਫਾਸਟ ਕਰਕੇ ਆਇਆ ਚੱਕਰ ਕੀ ਹੋਇਆ ਪੀਪੀਟੀ ਆਪਾਂ ਕੱਲ ਹੀ ਬਣਾ ਲਈ ਸੀਗੀ ਯਾਨੀ ਕਿ ਪਿਛਲੇ ਕੱਲ ਚ ਹੀ ਆਪਾਂ ਇੱਕ ਪੀਪੀਟੀ ਬਣਾ ਲਈ ਸੀ ਤਾਂ ਸਵੇਰੇ 7 ਤੋਂ 8 ਵਜੇ ਬੈਂਕ ਤੇ ਕਲਾਸ ਲਈ ਗਿਆ ਮੈਂ ਘਰੇ ਵਧੀਆ ਬਰੈਡ ਖਾਦੇ ਮੈਂ ਆਹਾ ਮ제 ਹੀ ਮ제 ਚਲੋ ਠੀਕ ਹੈ ਸਰਬਰੀ ਮਹੰਤ ਦਾ ਪਾ ਦੋ ਕਰੰਟ ਅਫੇਅਰ ਫਰਵਰੀ ਮੰਦ ਦਾ ਕਿੱਥੇ ਪਾ ਦੂ ਬੱਚੇ ਕਿ ਕਿੱਦਾਂ ਦੀ ਗੱਲ ਕਰਤੇ ਜੀ ਤੇ ਪਾ ਦੋ ਕੀ ਹੁੰਦਾ ਕਰਵਾ ਦੋ ਹੁੰਦਾ ਚਲੋ ਚਲੋ ਸ਼ੁਰੂ ਕਰਦੇ ਆਂ ਕਲਾਸ ਨੂੰ ਜਿਆਦਾ ਤੁਹਾਡਾ ਟਾਈਮ ਆਪਾਂ ਨਹੀਂ ਲਵਾਵਾਂਗੇ ਬਸ ਸਟਾਰਟਿੰਗ ਦੇ ਵਿੱਚ ਥੋੜੀ ਜਿਹੀ ਇੱਕ ਇਨਫੋਰਮੇਸ਼ਨ ਦੁਬਾਰਾ ਤੁਹਡੇ ਸਾਹਮਣੇ ਹੈ ਜੀ ਸੂਰਮਾ 3 ਦੀ ਕਿਤਾਬ ਜਿਹੜੀ ਤੁਹਾਨੂੰ ਪਤਾ ਵੀਡੀਓ ਲੈਕਚਰ ਸਟਾਰਟ ਹੋ ਚੁੱਕੇ ਨੇ ਕੱਲ ਅਸੀਂ ਭਾਰਤ ਤਾਂ ਨਹੀਂ ਕੀਤਾ ਹੈ ਬੱਚਿਆਂ ਤੋਂ ਪੁੱਛ ਸਕਦੇ ਹੋ ਰਿਸਪਾਂਸ ਕਿਦਾਂ ਦਾ ਰਿਹਾ ਕਿਦਾਂ ਐਕਸਟਰਾ ਚੀਜ਼ਾਂ ਕੀਤੀ ਆਪਣਾ ਤੇ ਉਦਾਂ ਹੀ ਸੂਰਮਾ 3 ਦੀ ਅੱਜ ਵਿੱਚ ਦੂਜੀ ਕਲਾਸ ਹੈ ਫੇਸੇ 325 ਦੀ ਹੈ 7383 ਐਸ ਲਾ ਕੇ 217 ਚ ਘਰੇ ਆਜੂ ਤੁਹਾਡੇ ਸੂਰਮਾ 3 ਪਲੱਸ ਸੂਰਮਾ 2 ਦੀ ਈ-ਬੁੱਕ ਮਿਲੂ ਮਤਲਬ ਜੂਨ 2023 ਅੰਗਰੇਜ਼ੀ ਪੰਜਾਬੀ ਚ ਕਿਤਾਬ ਹੈ கரنٹ ਅਫੇਅਰ ਤੇ ਸਟੈਟਿਕ ਜੀਕੇ ਭਰ ਕੇ ਹੈ 42 ਟਾਪਿਕ ਨੇ ਇਹਦੇ ਵਿੱਚ 42 ਵਿੱਚੋਂ 35 ਟਾਪਿਕ ਸਟੈਟਿਕ ਜੀਕੇ ਦੇ ਨੇ ਮਤਲਬ ਕਿ ਤੁਹਾਡਾ 90% ਸਟੈਟਿਕ ਜੀਕੇ ਤੁਹਾਡਾ ਕਵਰਡ ਹੈ ਠੀਕ ਹੈ ਉਹਦੇ ਨਾਲ ਹੀ ਬੱਚੇ ਸਾਡੇ ਕੋਲ ਹੋਰ ਵੀ ਖਾਫੀ ਸਾਰੀਆਂ ਕਿਤਾਬਾਂ ਨੇ ਤੇ ਸਾਰੀਆਂ ਕਿਤਾਬਾਂ ਨਾਲ ਵੀਡੀਓ ਲੈਕਚਰ ਨੇ ਐਕਸੈਪਟ ਪ੍ਰੀਵੀਅਸ ਈਅਰ ਕਿਤਾਬ ਇਹਦੇ ਨਾਲ ਵੀਡੀਓ ਲੈਕਚਰ ਨਹੀਂ ਨੇ ਤੇ ਇਹ ਪਿਓਰ ਅੰਗਰੇਜ਼ੀ ਚ ਹੈ ਤੇ ਪੰਜਾਬ ਜੀਕੇ ਦੀ ਪਿਓਰ ਪੰਜਾਬੀ ਚ ਹੈ ਬਾਕੀ ਸਾਰੀ ਅੰਗਰੇਜ਼ੀ ਪੰਜਾਬੀ ਅੰਗਰੇਜ਼ੀ ਪੰਜਾਬੀ ਅੰਗਰੇਜ਼ੀ ਪੰਜਾਬੀ ਚ ਨੇ ਸਾਰੀਆਂ ਕਿਤਾਬਾਂ ਨਾਲ ਬੱਚੇ ਵੀਡੀਓ ਲੈਕਚਰ ਕਮੈਂਟਾਂ ਤੇ ਤੁਹਾਨੂੰ ਲੱਗਿਆ ਮਿਲ ਜੂ ਤੁਸੀਂ ਚਾਰੇ ਕਿਤਾਬਾਂ ਮੰਗਵਾਣੀਆਂ ਤੁਸੀਂ ਕੱਲੀ ਮੈਥ ਕੱਲੀ ਪੰਜਾਬ ਜੀ ਕੇ ਕੱਲੀ ਕੰਪਿਊਟਰ ਕੱਲੀ ਪ੍ਰੀਵਿਅਸ ਇਅਰ ਕੱਲੀ ਕਰੰਟ ਅਫੇਅਰ ਦੀ ਕੰਬੋ ਮੰਗਾਣੇ ਨੇ ਸਾਰਿਆਂ ਦੇ ਏ ਟੂ ਜ਼ੈਡ ਲਿੰਕ ਕਮੈਂਟਾਂ 'ਚ ਲੱਗੇ ਹੋਣਗੇ ਬਸ ਕਰਨਾ ਕੀ ਹੈ ਕਲਿੱਕ ਕਰਨਾ ਹੈ ਵਿਊ ਆਫਰ ਤੇ ਜਾ ਕੇ Y383 S ਭਰਨਾ ਹੈ 쿠ਪਨ ਕੋਡ ਦੈਟ ਇਜ਼ ਇਟ ਠੀਕ ਹੈ ਜੀ ਸਰ ਪੀਡੀਐਫ ਕਿੱਥੇ ਮਿਲਦੀ ਹੈ ਮੈਨੂੰ ਮਿਲ ਨਹੀਂ ਰਹੀ ਅ ਬੱਚੇ ਟੈਲੀਗ੍ਰਾਮ ਤੇ ਮਿਲਦੀ ਹੈ ਪੀਡੀਐਫ ਜਿਹੜੀ ਪੇਡ ਵਾਲੀ ਉਹ ਤਾਂ ਅਟੈਚ ਦੀਆਂ ਨਾਲ ਹੀ ਠੀਕ ਹੈ 29 ਫਰਵਰੀ ਨੂੰ ਕੀਤੀ ਸੀ ਆਰਡਰ ਬੱਚੇ ਆਜੂਗੀ ਆਜੂਗੀ ਚਲੋ ਸ਼ੁਰੂ ਕਰਦੇ ਆ கிளாਸ ਨੂੰ ਜਿਆਦਾ ਟਾਈਮ ਨਹੀਂ ਵੇਸਟ ਕਰਾਂਗੇ ਇੱਕ ਫੇਰ ਰਹਿ ਗਿਆ ਜੀ ਡੇਲੀ ਦਾ ਇੱਕ ਟੈਸਟ ਹੈ ਦੇ ਵਿੱਚ ਡੇਲੀ ਦਾ ਇੱਕ ਟੈਸਟ ਹੈ ਵੀਕਐਂਡ ਤੇ ਰਿਵੀਜ਼ਨ ਹੈ ਠੀਕ ਹੈ ਚਲੋ ਸ਼ੁਰੂ ਕਰਦੇ ਆ ਪਹਿਲਾ ਸਵਾਲ ਰਿਲਾਇੰਸ ਨੇ ਹਾਲ ਹੀ ਵਿੱਚ ਰਿਲਾਇੰਸ ਦੇ ਡੈਸ਼ ਰਿਫਾਈਨਰੀ ਕੰਪਲੈਕਸ ਦੀ ਗ੍ਰੀਨ ਬੈਲਟ ਦੇ ਅੰਦਰ 3000 ਏਕੜ ਦੇ ਸਥਾਨ ਦਾ ਉਦਘਾਟਨ ਕੀਤਾ 3000 ਏਕੜ ਦੀ ਸੈਂਕਚੂਰੀ ਸ਼ਾਬਾਸ਼ ਪ੍ਰੀवियस ইয়ার ਬੁੱਕ ਪੰਜਾਬੀ ਚ ਟਾਈਮ ਲੱਗੂ ਹਜੇ ਆ भारत रत्न वाली की पी डी एफ वाली जो एडिशनल सी हाँ अटैच है बच्चे हो इट इज अटैच उ चलो शाबाश सुमन कंबोज लॉग इन विद द सेम ईमेल आई डी दैट यू पुट वाइल ऑर्डरिंग इट चलो शाबाश इधर इधर ਬਹੁਤ ਵਧੀਆ ਬਿਲਕੁਲ ਜਾਮਨਗਰ ਜਾਮਨਗਰ ਅੱਜ ਇਸ ਵਾਰ ਤਾਂ ਕਹਿੰਦੇ ਰਿਹਾਨਾ ਨੂੰ ਵੀ ਕਹਿੰਦੇ ਜਾਮਨਗਰ ਠੁਮਕੇ ਲਵਾਤੇ ਤਾਂ ਧਿਆਨ ਰੱਖਣਾ ਜੀ ਬਿਲਕੁਲ ਠੀਕ ਹੈ ਜਾਮਨਗਰ ਆ ਦੱਸੋ ਹੁਣ ਨਾਂ ਕੀ ਆ ਉਹਦਾ ਤਾਂ ਜਿਹੜੀ ਰਿਲਾਇੰਸ ਨੇ 3000 ਏਕੜ ਦੀ ਸੈਂਕ ਚੋਰੀ ਖੜੀ ਕੀਤੀ ਹੈ ਜਾਮਨਗਰ ਗੁਜਰਾਤ ਦੇ ਵਿੱਚ ਉਹਦਾ ਨਾਂ ਕੀ ਰੱਖਿਆ ਹੋਇਆ ਇਹਨਾਂ ਨੇ ਉਹਦਾ ਨਾਂ ਕੀ ਰੱਖਿਆ ਹੋਇਆ ਸ਼ਾਬਾਸ਼ ਬੱਚੇ ਆ ਜਾਣੀ ਹੈ ਕਿਤਾਬਾਂ ਟੈਨਸ਼ਨ ਨਾ ਲਓ ਇੱਕ ਕਹਿੰਦਾ ਇੱਕ ਤਰੀਕ ਨੂੰ ਕੀਤੀ ਸੀਗੀ ਇੱਕ ਫੋਨ ਫੋਨ ਚੱਕ ਲਿਆ ਕਰੋ ਦੇਖੋ ਦੋ ਤਿੰਨ ਚੀਜ਼ਾਂ ਨੇ ਸਾਰਿਆਂ ਨੂੰ ਜਿਹੜੇ ਅੱਗੇ ਵੀ ਆਰਡਰ ਕਰਨਗੇ ਕਿਤਾਬ ਨੇ ਮੇਰੀ ਨਾਲ ਗੱਲ ਸਮਝੋ ਮੰਨ ਲਓ ਤੁਸੀਂ ਰਹਿੰਦੇ ਹੋ ਕਿਸੇ ਪਿੰਡ 'ਚ ਠੀਕ ਹੈ ਨਾ ਤੁਹਾਡਾ ਕੋਈ ਹਾਊਸ ਨੰਬਰ ਹੈ ਠੀਕ ਹੈ ਨਾ ਤੁਹਾਡਾ ਕੋਈ ਸੁਸਾਇਟੀ ਨੰਬਰ ਹੈ ਕੁਝ ਨਹੀਂ ਹੈ ਤਾਂ ਜਦੋਂ ਐਡਰੈਸ ਭਰੋ ਨਾ ਆਪਣੇ ਫਾਦਰ ਸਾਹਿਬ ਦਾ ਨਾਂ ਰੱਖ ਦਿਓ ਆਪਣੇ ਦਾਦੇ ਦਾ ਨਾਂ ਰੱਖ ਦਿਓ ਠੀਕ ਹੈ ਦੱਸ ਦਿਓ ਵੀ ਗੁਰਦੁਆਰੇ ਦੀ ਨਾਲ ਵਾਲੀ ਗਲੀ ਦੇ ਵਿੱਚ ਹੈ ਕਿਉਂਕਿ ਡਾਕੀ ਹੈ ਨਾ ਸਿੱਧਾ ਤੁਹਾਡੇ ਘਰੇ ਨਹੀਂ ਤਮਕਦਾ ਸਭ ਤੋਂ ਵੱਡੀ ਚੀਜ਼ ਐਸੀ ਆਪਣਾ ਫੋਨ ਨੰਬਰ ਗਲਤ ਭਰ ਦਿੰਨੇ ਆ ਠੀਕ ਹੈ ਫੋਨ ਨੰਬਰ ਚੱਕਦੇ ਨਹੀਂ ਹੁਣ ਕੱਲ ਦੀ ਮੈਂ कुड़ी सर दी कुड़ मैं बारह तरीक की किताब ऑर्डर की मेरे किताब नहीं आई मैं ठीक है पुछ लें मैं पूछा कह रहे सर इस लड़की के पास दो बार हमने किताब भेजी है और दोनों बार इसने फोन नहीं उठाया लड़की ने मैंने बोला आपने फ़ोन नहीं उठाया कह रही नहीं सैसा नहीं होगा मैं फिर इन्हों कह के डिलीवरी वाला कह के बहुत लंबा प्रोसैस दो तीन दिन लगे उन्होंने तो मैं स्क्रीन शॉट मंगवाए डेटा आ जा डेटा के स्क्रीनशॉट मंगवाए कुड़ी चार चार कॉल् गई थी दोनों बार दो दिन ਸੋਚੋ ਤੁਸੀਂ ਅੱਜ ਗਿਆ ਨਹੀਂ ਚੱਕਿਆ ਕੱਲ ਨਹੀਂ ਚੱਕਿਆ ਕੁੜੀ ਪਤਾ ਕੀ ਕਹਿੰਦੀ ਕਹਿੰਦੀ ਸਰ ਮੈਂ ਅਨਨੋਨ ਨੰਬਰ ਨਹੀਂ ਚੱਕਦੀ ਮੈਂ ਨਾ ਉਹਦਾ ਮੈਸੇਜ ਮੈਂ ਦੇਖ ਹੀ ਗਿਆ ਥੋੜੀ ਦੇਰ ਮੈਂ ਕਿਹਾ ਮਤਲਬ ਹੁਣ ਮੈਂ ਡਾਕਿਆ ਪਹਿਲਾਂ ਤੇਰੇ ਕੋਲ ਨੰਬਰ ਐਡ ਕਰਾਵਾ ਮੈਂ ਤਾਂ ਕਿ ਬੀਬਾ ਜੀ ਫੋਨ ਚੱਕ ਲੈਣ ਇਹ ਕੋਈ ਸੈਂਸ ਬਣੇ ਇਸ ਗੱਲ ਦੀ ਯਾਰ ਮੈਨੂੰ ਆਪਣਾ ਦੱਸੋ ਕੋਈ ਸੈਂਸ ਬਣੇ ਇਸ ਗੱਲ ਦੀ ਮੈਂ ਅਨਨੋਨ ਨੰਬਰ ਨਹੀਂ ਚੱਕਦੀ ਹੁਣ ਡਾਕਿਆ ਤੇਰੇ ਘਰੋਂ ਲੈ ਕੇ ਆਈ ਸੀ ਯਾਰ ਉਦਾਂ ਇੱਕ ਪਿਛਲੀ ਵਾਰ ਵੀ ਇਹ ਕਿੱਤਾ ਸੀਗਾ ਬਲਵਿੰਦਰ ਸਿੰਘ ਤਾ ਨਹੀਂ ਬਲਜੀਤ ਸਿੰਘ ਬਲਵਿੰਦਰ ਪਤਾ ਨਹੀਂ ਬਲਜੀਤ ਸਿੰਘ ਗੁਰਦਾਸਪੁਰ ਬਾਜੀ ਗੁਰਦਾਸਪੁਰ ਜ਼ਿਲ੍ਹਾ ਹੈ ਜ਼ਿਲ੍ਹਾ ਚ ਕਿੱਥੇ ਉਹ ਤਾਂ ਸੋਚ ਤਾਂ ਲਿਆ ਕਰੋ ਯਾਰ ਚਲੋ ਸ਼ਹਿਰ ਮੰਨ ਲਓ ਛੋਟਾ ਸ਼ਹਿਰ ਹੈ ਉਹ ਤਾਂ ਸਮਝੋ ਆਰਡਰ ਕਰ ਰਹੇ ਹੋ ਫੋਨ ਨੰਬਰ ਜਿੱਥੇ ਮੰਗਿਆ ਹੋ ਤਾਂ ਲਿਖੋ ਹੀ ਲਿਖੋ ਲੇਕਿਨ ਐਡਰੈਸ ਦੇ ਵਿੱਚ ਇੱਕ ਹੋਰ ਫੋਨ ਨੰਬਰ ਭਰ ਦਿਓ ਆਪਣੇ ਫਾਦਰ ਸਾਹਿਬ ਦਾ ਨਾਮ ਰੱਖ ਦਿਓ ਆਪਣੇ ਗਵਾਂਡੀਆਂ ਦੇ ਘਰ ਦਾ ਨਾਮ ਮਤਲਬ ਜੋ ਵੀ ਠੀਕ ਹੈ ਲੈਂਡਮਾਰਕ ਪਤਲੀ ਗਲੀ ਤੋਂ ਹੋ ਕੇ ਵੱਡੇ ਦਰਖਤ ਦੇ ਨੇੜੇ ਕਿਉਂਕਿ ਡਾਕੀ ਨੇ ਇੰਦੀ ਐਂਡ ਤੁਹਾਨੂੰ ਫੋਨ ਕਰਨਾ ਥੋਡੇ ਘਰੇ ਨਹੀਂ ਤਾਂ ਮੱਕੂਗਾ ਉਹ ਹੀ ਵਿਲ ਕਾਲ ਯੂ ਪਹਿਲਾ ਕਿਉਂਕਿ ਤੂੰ ਨੂੰ ਪਤਾ ਲੋਕ ਅੱਦੇ ਚੱਕਦੇ ਹੈ ਨਹੀਂ ਫੋਨ ਉਹਦਾ ਟ੍ਰਿਪ ਬੇਕਾਰ ਹੋ ਜਾਂਦਾ ਹੈ ਤਾਂ ਪ੍ਰੋਪਰ ਐਡਰੈਸ ਪੜਨਾ ਹੈ ਬਾਕੀ ਕੋਈ ਵੀ ਪ੍ਰੋਬਲਮ ਫੇਸ ਕਰਦੇ ਹੋ Y383S ਜੇ ਲਾਇਆ ਹੋਇਆ ਮੈਂ ਕਰਵਾ ਦੂੰਗਾ ਲੇਕਿਨ ਉਹੀ ਗੱਲ ਹੈ ਥੋਡੇ ਲਈ ਡੀਲੋ ਕੰਮ ਹੋਈ ਜਾਊਗਾ ਹੁਣ ਕੁੜੀ ਨੂੰ 20 ਦਿਨ ਹੋ ਗਏ ਉਹ ਤਾਂ Y383S ਲਾਇਆ ਸੀਗਾ ਤਾਂ ਮੈਂ ਇਹਨਾਂ ਦੇ ਮੱਥੇ ਪਿਆ ਹੋਇਆ ਹੁਣ ਕਿਤਾਬ ਜਾਰੀ ਹੈ ਕੁੜੀ ਕੋਲ ਤਾਂ ਹੈਨਾ ਚਲੋ ਵੰਤਾਰਾ ਇਸ ਦਾ கரੈਕਟ ਆਨਸਰ ਤਾਂ ਆਪਾਂ ਕਰ ਲਈ ਜੀ ਤਾਂ ਜੀ ਵੰਤਾਰਾ ਇਹ ਜਾਨਵਰਾ ਦਾ ਕਿਹਾ ਜਾਂਦਾ ਹੈ ਕਿ ਰੈਸਕਿਊ ਲਈ ਹੈ ਉਹਨਾਂ ਦਾ ਇਲਾਜ ਵਗੈਰਾ ਸਭ ਕੁਝ ਕਹਿੰਦੇ ਜੀ ਇੱਥੇ ਹੋ ਜਾਂਦਾ ਹੈ ਚਲੋ ਅਗਲਾ ਸਵਾਲ ਵਿਸ਼ਵ ਦੀ ਪਹਿਲੀ ਵੈਦਿਕ ਘੜੀ ਦਾ ਉਦਘਾਟਨ ਹਾਲ ਹੀ ਵਿੱਚ ਕਿਹੜੇ ਰਾਜ ਜਾਂ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੀਤਾ ਗਿਆ ਸੀ ਕੀ ਸੀ ਵੈਦਿਕ ਕਲਕ ਆਪਾਂ ਪੜਿਆ ਸੀ ਯਾਦ ਹੈ ਵੀ ਕਹਿੰਦੇ ਗ੍ਰਹਿ ਨਕਸ਼ਤਰ ਉਹ ਸਭ ਦੱਸ ਦਿੰਦਾ ਸੀਗਾ ਟਾਈਮ ਟੂਮ ਤਾਂ ਕਹਿੰਦੇ ਪੁਰਾਣੀ ਗੱਲ ਹੋ ਗਈ ਟਾਈਮ ਤਾਂ ਦੱਸੂਗੀ ਦੱਸੂਗੀ ਲੇਕਿਨ ਗ੍ਰਹਿ ਨਕਸ਼ਤਰ ਵਗੈਰਾ ਵੀ ਦੱਸ ਦਿੰਦਾ ਸੀ ਸ਼ਾਬਾਸ਼ ਚਾਬਾਸ਼ ਨਾ ਪੇਜੁਕ ਨਹੀਂ ਯਾਰ ਐਦਾ ਨਹੀਂ ਹੁਣ ਦੇਖੋ ਬੱਚੇ ਕੋਲ ਆ ਰਹੀ ਨਾ ਤਿੰਨ ਚਾਰ ਦਿਨਾਂ ਚ ਵੀ ਕਿਤਾਬ ਬਿਲਕੁਲ ਠੀਕ ਹੈ ਇਧਰ ਅੱਛਾ ਹੁਣ ਆਜੋ ਆਜੋ ਠੀਕ ਹੈ ਬਾਅਦ ਚ ਹਸਾਂਗੇ ਐਂਡ ਚ ਹਸਾਂਗੇ ਹੋਰ ਮੇਰੇ ਕੋਲ ਹੈਗੇ ਆ ਦੋ ਤਿੰਨ ਹੋਰ ਕਿਸੇ ਐਦਾਂ ਦੇ ਤੇ ਜਵਾਬ ਐਦਾ ਹੋ ਜਾਂਦਾ ਬੱਚੇ ਐਮਪੀ ਬਹੁਤ ਵਧੀਆ ਗੱਲ ਹੈ ਐਮਪੀ ਵਿੱਚ ਕਿੱਥੇ ਤਾਂ ਵਰਲਡ ਦੀ ਪਹਿਲੀ ਵੈਦਿਕ ਕਲॉक ਦਾ ਉਦਘਾਟਨ ਕੀਤਾ ਗਿਆ ਹੈ ਕਿੱਥੇ ਕੀਤਾ ਗਿਆ ਪ੍ਰਿਆਗਰਾਜ ਗਾਂਧੀ ਨਗਰ ਉਜੈਨ ਵਰਣਸੀ ਮਜਾਕ ਵਾਲੀ ਗੱਲ ਨਹੀਂ ਮੈਨੂੰ ਬਹੁਤ ਟਾਈਮ ਤੱਕ ਲੱਗਦਾ ਰਿਹਾ ਸੀ ਕਿ ਗਵਾਲੀਅਰ ਯੂਪੀ ਵਿੱਚ ਛੋਟੇ ਹੁੰਦੇ ਨਾ ਮੈਨੂੰ ਲੱਗਦਾ ਸੀ ਗਵਾਲੀਅਰ ਯੂਪੀ ਵਿੱਚ ਹੈ ਪਤਾ ਨਹੀਂ ਕਿਉਂ ਇਹਦਾ ਜਵਾਬ ਹੁਜੈਨ ਐਮਪੀ ਕਿਉਂਕਿ ਮੈਨੂੰ ਪਤਾ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਣਾ ਕਿ ਗਾਂਦੀਨਗਰ ਪਿਆਗਰਾਜ ਤੇ ਵਾਰਨਸੀ ਅਲੱਗ-ਅਲੱਗ ਸਟੇਟਾਂ 'ਚ ਨਹੀਂ ਮੈਨੂੰ ਪਤਾ ਹੈ ਮੈਂ ਆਪਕੀ ਵਗ 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 ਨਹੀਂ ਰਗ ਰਗ سے ਵਾਕਿਫ ਹੋ ਚੁਕਾ ਹਾਂ ਤਾ ਬਿਲਕੁਲ ਵੈਦਿਕ ਕਲॉक ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਮੋਹਨ ਯਾਦਵ ਸਾਹਿਬ ਇਹਨਾਂ ਨੇ ਇਹਦਾ ਉਦਘਾਟਨ ਕੀਤਾ 85 ਫੁੱਟ ਉੱਚਾ ਕਹਿੰਦੇ ਟਾਵਰ ਹੈ ਕਹਿੰਦੇ ਜੀ ਜੰਤਰ ਮੰਤਰ ਉਜੈਨ ਵਿਖੇ ਲੱਗਿਆ ਹੋਇਆ ਚਲੋ ਐਫ ਏ ਟੀ ਐਫ ਨੇ ਯੂਏਈ ਨੂੰ ਆਪਣੀ ਗ੍ਰੇ ਸੂਚੀ ਤੋਂ ਹਟਾ ਦਿੱਤਾ ਬਹੁਤ ਵਧੀਆ ਗੱਲ ਹੈ ਤਾਂ ਐਫ ਏ ਟੀ ਐਫ ਹੈ ਕਿੱਥੇ ਸਿਚੁਏਟਿਡ ਮਤਲਬ ਸਵਾਲ ਕੀ ਪੁੱਛਿਆ ਜਾ ਰਿਹਾ ਹੈ ਐਫ ਏ ਟੀ ਐਫ ਦਾ ਹੈੱਡ ਕੁਆਰਟਰ ਕਿੱਥੇ ਹੈ ਬਹੁਤ ਸਿੰਪਲ ਸਵਾਲ ਵੇਅਰ ਇਜ਼ ਦਾ ਹੈੱਡ ਕੁਆਰਟਰ ਆਫ ਐਫ ਏ ਟੀ ਐਫ ਅੱਛਾ ਜਿਹੜਾ ਕੋਈ ਨਵਾਂ ਬੱਚਾ ਨੂੰ ਦੱਸ ਦਵਾ ਬੱਚੇ ਹਜੀ ਪਿਛਲੀ ਕਲਾਸ ਦੇ ਕਰੰਟ ਅਫੇਅਰ ਦੀ ਆਪਾਂ ਰਿਵੀਜ਼ਨ ਕਰ ਰਹੇ ਹਾਂ ਮਤਲਬ ਜਿਹੜੇ 4 ਮਾਰਚ ਨੂੰ ਆਪਾਂ ਡਿਟੇਲ ਚ ਕੀਤੇ ਸੀਗੇ ਤੇ ਬਹੁਤ ਸਾਰੇ ਕੀਤੇ ਸੀਗੇ ਕੱਲ ਅਸੀਂ ਉਹਦੀ ਰਿਵੀਜ਼ਨ ਚੱਲ ਰਹੀ ਹੈ ਬਸ ਹਜੇ ਲਾ ਲਾ ਤੁਸੀਂ 15 20 ਮਿੰਟਾਂ ਬਾਅਦ ਆਪਾਂ ਅੱਜ ਦਾ ਕਰੰਟ ਅਫੇਅਰ ਆਪਾਂ ਡਿਟੇਲ ਵਿੱਚ ਕਰਾਂਗੇ ਠੀਕ ਹੈ ਚਲੋ ਜਵਾਬ ਇਹਦਾ ਕੀ ਹੋ ਜਾਂਦਾ ਬਿਲਕੁਲ ਸਿੰਪਲ ਪੈਰਿਸ ਪੈਰਿਸ ਇਜ਼ ਦਾ ਕਰੈਕਟ ਆਨਸਰ ਤਾ ਯੂਏਆਈ ਨੇ ਹਟਾ ਦਿੱਤਾ ਐਫਏਟੀਐਫ ਨੇ ਆਪਣੀ ਗ੍ਰੇ ਲਿਸਟ ਤੋਂ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਨੇ ਨਮੀਬੀਆ ਤੇ ਕੀਨੀਆ ਨੂੰ ਅੰਦਰਵਾੜ ਦਾ ਗ੍ਰੇ ਲਿਸਟ ਅਗਲਾ ਸਵਾਲ ਦੇਖੋ ਨਾਰਥ ਕੋਰੀਆ ਈਰਾਨ ਤੇ ਡੈਸ਼ ਇਹ ਪਾਰਟ ਨੇ ਐਫਏਟੀਐਫ ਦੀ ਬਲੈਕ ਲਿਸਟ ਦੇ ਸਿਰਫ ਤਿੰਨ ਦੇਸ਼ ਨੇ ਪੂਰੀ ਦੁਨੀਆ ਦੇ ਵਿੱਚ 194 95 96 ਕੰਟਰੀਆਂ ਚੋਂ ਸਿਰਫ ਤਿੰਨ ਦੇਸ਼ ਨੇ ਜਿਨ੍ਹਾਂ ਨੂੰ ਐਫਏਟੀਐਫ ਨੇ ਬਲੈਕ ਲਿਸਟ ਦੇ ਵਿੱਚ ਪਾਇਆ ਹੋਇਆ ਹੈ ਤਾਂ ਕੌਣ-ਕੌਣ ਹੈ ਨਾਰਥ ਕੋਰੀਆ ਹੈ ਈਰਾਨ ਹੈ ਤੇ ਤੀਜਾ ਕਿਹੜਾ ਦੇਸ਼ ਹੈ ਨਾਰਥ ਕੋਰੀਆ ਹੈ ਈਰਾਨ ਹੈ ਤੀਜੀ ਕਿਹੜਾ ਦੇਸ਼ ਹੈ ਮਿਆਂਮਾਰ ਹੈ ਠੀਕ ਹੈ ਇੱਥੇ ਕਿਉਂਕਿ ਕੂ ਹੋਈ ਵੀ ਹੈ ਕੂ ਕੀ ਹੁੰਦਾ ਕੂ ਪਤਾ ਕੀ ਹੁੰਦਾ ਹੈ ਕੂ ਕੂ ਕੀ ਹੁੰਦਾ ਕਈ ਲੋਕ ਇਹਨੂੰ ਕੂਪ ਬੋਲਦੇ ਨੇ ਤਾਂ ਜੀ ਜਦੋਂ ਮਿਲਟਰੀ ਟੇਕਓਵਰ ਕਰ ਲੈਂਦੀ ਹੈ ਮਤਲਬ ਪਾਕਿਸਤਾਨ ਵਾਲਿਆਂ ਤੋਂ ਆਦਤ ਹੈ ਮੰਨ ਲਓ ਹੈ ਨਾ ਸੋਚੋ ਭਾਰਤ ਚ ਹੁਣ ਸਾਡੇ ਮਿਨੀਵੀ ਆਰਮੀ ਚੀਫ ਨੇ ਮਨੋਜ ਪਾਂਡੇ ਸਾਹਿਬ ਹੈ ਨਾ ਜਨਰਲ ਮਨੋਜ ਪਾਂਡੇ ਸਾਹਿਬ ਸੋਚੋ ਕੱਲ ਇਹ ਮੋਦੀ ਜੀ ਨੂੰ ਹਟਾ ਕੇ ਆਪਣੇ ਆਪ ਰੌਕ ਕਰ ਦੇਣਾ ਉਹਨੂੰ ਕਿਹਾ ਜਾਂਦਾ ਹੈ ਕੂ ਠੀਕ ਹੈ ਕੂਪ ਨਹੀਂ ਹੁੰਦਾ ਕੂ ਕਿਹਾ ਜਾਂਦਾ ਹੈ ਤਾਂ ਮੈਨ ਮਾਰਚ ਉਹ ਹੈ ਤਿੰਨ ਕੰਟਰੀਆਂ ਤੇ ਇਹਦੀ ਆਪਾਂ ਗੱਲ ਕਰ ਲਈਏ ਬੀਬੀ ਅਲੀਸਾ ਦੀ ਪ੍ਰਧਾਨ ਹੈ ਪੈਰਿਸ ਚ ਹੈੱਡ ਕੁਆਟਰ ਹੈ ਤੇ 1989 ਚ ਬਣਿਆ ਸੀ ਅਗਲਾ red bull ਦਾ ਡਰਾਈਵਰ ਨੀਦਰਲੈਂਡ ਦੇ ਮੈਕਸ ਵਰਸਟੈਪਨ ਨੇ ਡੈਸ਼ ਵਿੱਚ ਉਦਘਾਟਨੀ 2024 ਗ੍ਰੈਂਡ ਪ੍ਰਿਕਸ ਜਿੱਤੀ ਜੀ ਮੈਂ ਕੀ ਕਿਹਾ ਸੀ ਇਹਨੂੰ ਕੀ ਕਿਹਾ ਜਾਂਦਾ ਹੈ ਗ੍ਰਾਂਪਰੀ ਕਿਹਾ ਜਾਂਦਾ ਹੈ ਹੈਨਾ ਚਲੋ ਸ਼ਾਬਾਸ਼ ਜਵਾਬ ਕੀ ਹੋਵੇਦਾ ਸਰ ਜੈਪੁਰ ਜੰਤਰ ਮੰਚਰ ਚ ਕਲੌਕ ਆ ਸਭ ਤੋਂ ਵੱਡੀ ਗਗਨਦੀਪ ਸ਼ਰਮਾ ਆਈ ਹੈਵ ਨੋ ਆਈਡੀਆ ਨੋ ਕਲੂ ਚਲੋ ਹਾਂ ਜੀ ਨਾਲ ਗਗਨਦੀਪ ਸ਼ਰਮਾ ਪੇਪਰ ਅੰਗਰੇਜ਼ੀ ਪੰਜਾਬੀ ਚ ਹੀ ਹੁੰਦਾ ਠੀਕ ਹੈ ਜੀ ਮਤਲਬ ਪਿਛਲੀ ਵਾਰ ਤਾਂ ਅੰਗਰੇਜ਼ੀ ਪੰਜਾਬੀ ਚ ਹੋਇਆ ਸੀਗਾ ਤੇ ਇਸ ਵਾਰ ਵੀ ਹੋਊਗਾ ਬਾਇਲਿੰਗੁਅਲ ਹੁੰਦਾ ਹੈ ਤੁਹਾਡੇ ਤੋਂ ਪੁੱਛ ਲਿਆ ਜਾਂਦਾ ਤੁਸੀਂ ਕਿਹੜੀ ਭਾਸ਼ਾ ਚ ਦੇਣਾ ਜਿੱਦਾਂ ਜੇ ਤੁਸੀਂ 365 ਵਾਲੀ ਟੈਸਟ ਸੀਰੀਜ਼ ਦਿੱਤੀ ਹੋਵੇ ਸਟਾਰਟਿੰਗ ਤੇ ਪੁੱਛਦਾ ਨਾ ਹੋ ਕਿ ਤੁਸੀਂ ਇੰਗਲਿਸ਼ ਦੇਣਾ ਪੇਪਰ ਪੰਜਾਬੀ ਚ ਦੇਣਾ ਹੈ ਥੈਟਸ ਤੇ ਬਿਲਕੁਲ ਠੀਕ ਹੈ ਬਹਰੇਨ ਇਹਨੂੰ ਬਹਰੀਨ ਕਹਿੰਦੇ ਨੇ ਪਤਾ ਨਹੀਂ ਕਿਉਂ ਤਾਂ ਮੈਕਸ ਵਰਸਟੈਪਨ ਰੈਡ ਬੁੱਲ ਦਾ ਡਰਾਈਵਰ ਹੈ ਨੀਦਰਲੈਂਡਸ ਤੋਂ ਬਿਲੋਂਗ ਕਰਦਾ ਹੈ ਤੇ ਗਾਹ ਪਾ ਛੱਡਿਆ ਮੁੰਡੇ ਨੇ ਅਗਲਾ ਕਿੱਧਰ ਦੇ ਫੁੱਟਬਾਲਰ ਪੌਲ ਪੋਗਬਾ ਤੇ ਡੋਪਿੰਗ ਦੇ ਦੋਸ਼ਾਂ ਕਾਰਨ 4 ਸਾਲ ਦੀ ਪਾਬੰਦੀ ਲਗਾਈ ਗਈ ਹੈ ਆਓ ਚੰਨੀ ਮੇਰੀ ਭੈਣ ਹਜੇ ਪੜ੍ਹ ਲਓ ਕਲਾਸ ਦੇ ਐਂਡ ਤੇ ਮੈਂ ਗਾਰੰਟੀ ਦਿੰਦਾ 5 ਮਿੰਟ ਦਊਂਗਾ ਗੱਲਾਂ ਮਾਰਾਂਗੇ ਹੈਨਾ चलो चलो शाबाश पॉल पोगबा बिल्कुल ठीक है जी फ्रांस इसेक्ट आंसर फ्रेंच फुटबॉलर आप ऑलरेडी कर चुके हैं कि वर्ल्ड एंटी डोपिंग एजेंसी का हैडकुआर कि मोन्ट्रियाल है विखे है क्यूबा कितने कनेडा ठीक है जी कनेजा अगलाख देख देख, 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 देख वो, वो, <laughs> चलो किस की संसद ने हाल ही एक बिल पास किया है जो एल जी बी टी क्यू ਪਲਸ ਵੱਜੋਂ ਪਛਾਣ ਨੂੰ ਗੈਰ ਕਾਨੂੰਨੀ ਬਣਾਉਂਦਾ ਹੈ ਇਹਨਾਂ ਨੇ ਕਿਹਾ ਕਿ ਜੇ ਕੋਈ ਮਿਲਿਆ ਜਿਹੜਾ ਇਹਨਾਂ ਦੀ ਹਮਾਇਤ ਕਰਦਾ ਜਾਂ ਫਿਰ ਜਿਹੜਾ ਨਿਕਲਿਆ ਗੇ ਨਿਕਲਿਆ ਲੈਸਬੀਅਨ ਲਿਕਣਿਆ ਬਾਈਸੈਕਸ਼ੁਅਲ ਟ੍ਰਾਂਸ ਜੈਂਡਰ ਨਿਕਲਿਆ ਮੋਰ ਬਣਾਵਾਂਗੇ ਜੇਲ੍ਹ ਚ ਪਾਵਾਂਗੇ ਚਲੋ ਸ਼ਾਬਾਸ਼ ਇਹ ਕੰਮ ਕਿਹਨੇ ਕੀਤਾ 12th ਫੇਲ ਲਿਖਦਾ ਪਾਨਾ 12th ਫੇਲ ਨੂੰ ਪਾਨਾ ਸਿੱਧੂ ਯਾਦ ਆ ਰਿਹਾ ਵੀਰ ਉਹ ਐਕਟਿਵਿਸਟ ਹੈ ਐਕਟਿਵਿਸਟ ਨਹੀਂ ਹੈ ਚਲੋ ਕਾਨਾ ਹੈ ਉਹ ਉਹ ਪਾਨਾ ਹੈ ਅਡ ਹੈ ਚਲੋ ਠੀਕ ਹੈ ਜਵਾਬ ਧਿਆਨ ਰੱਖਣਾ ਜੀ ਕਾਨਾ ਇਸ ਦਾ ਕਰੈਕਟ ਆਨਸਰ ਤਾਂ ਜੀ ਗਾਨਾ ਨੇ ਕਰਤਾ ਇਹੋ ਜਿਹਾ ਕੰਮ ਕਾਨਾ ਆਪਾਂ ਪੜਿਆ ਸੀਗਾ ਵੀ ਕਿੱਥੇ ਨੂੰ ਪੈਂਦਾ ਹੈ ਨਾ ਰਾਸ਼ਟਰਪਤੀ ਕੌਣ ਹੈ ਨਾ ਨਾ ਕਿੰਨਾ ਘੈਂਟ ਹੈ ਨਾ ਕਾਨਾ ਦਾ ਰਾਸ਼ਟਰਪਤੀ ਨਾ ਨਾ ਵੈਰੀ ਗੁੱਡ ਯਾਰ ਕੈਪੀਟਲ ਹੈ ਦੀ ਅਕਰਾ ਚਲੋ ਅਗਲਾ ਫਲਿੱਪਕਾਰਟ ਨੇ ਆਪਣੀ UPI ਸੇਵਾਵਾਂ ਸ਼ੁਰੂ ਕਰਨ ਲਈ ਕਿਹੜੇ ਬੈਂਕ ਨਾਲ ਭਾਈਵਾਲੀ ਕੀਤੀ ਹੈ ਸ਼ਾਬਾਸ਼ UPI ਬਾਰੇ ਜੇ ਤੁਹਾਨੂੰ ਮੈਂ ਗੱਲ ਦੱਸ ਦਵਾਂ ਬੱਚਿਓ ਇੱਕ ਆਰਗੇਨਾਈਜੇਸ਼ਨ ਹੈ NP सीआई नेशनल पेमेंट कॉर्पोरेशन ऑफ इंडिया ਇਹ ਸਾਲ 2008 ਚ ਬਣੀ ਸੀਗੀ ਹੈਡਕ quarters ਇਹਦਾ ਮੁੰਬਈ ਚ ਪੈਂਦਾ ਹੈ ਤੇ ਪ੍ਰਧਾਨ ਦਾ ਨਾਮ ਹੋ ਜਾਂਦਾ ਹੈ ਇਹਦੇ ਦਿਲੀਪ ਅਸਬੇ ਦਿਲੀਪ ਅਸਬੇ ਤਾਂ ਇਹਨਾਂ ਨੇ ਯੂਪੀਆਈ ਦੀ ਸ਼ੁਰੂਆਤ ਕੀਤੀ ਬੱਚੇ ਯੂਨੀਫਾਈਡ ਪੇਮੈਂਟ ਇੰਟਰਫੇਸ ਦੀ ਸ਼ੁਰੂਆਤ ਕੀਤੀ ਸਾਲ 2016 ਦੇ ਵਿੱਚ ਠੀਕ ਹੈ ਅੱਜ ਦੀ ਮੈਂ ਗੱਲ ਕਰਾਂ ਤਾਂ ਬੱਚੇ ਸੱਤ ਦੇਸ਼ ਨੇ ਜਿੱਥੇ ਯੂਪੀਆਈ ਚੱਲਦੀ ਹੈ ਕੋਈ ਦੱਸ ਸਕਦਾ ਮੈਨੂੰ ਕਿਹੜੇ ਸੱਤ ਦੇਸ਼ ਨੇ ਜਿੱਥੇ ਯੂਪੀਆਈ ਚੱਲਦਾ ਕਮ ਆਨ ਗਾਇਜ਼ ਕਿਹੜੇ ਸੱਤ ਦੇਸ਼ ਨੇ ਜਿੱਥੇ UPI ਚੱਲਦਾ ਤਾਂ ਬੱਚਿਆਂ ਨੂੰ ਬੜੀ ਕਨਫਿਊਜ਼ਨ ਜੀ ਹੁੰਦੀ ਹੈ ਮੈਂ ਟੈਲੀਗ੍ਰਾਮ ਤੇ ਵੀ ਬੱਚਿਆਂ ਨੂੰ ਦੱਸਦਾ ਰਹਿਣਾ ਇਹਨਾਂ ਗੱਲਾਂ ਬਾਰੇ ਤਾਂ ਦੇਖੋ ਤਿੰਨ ਨੇ ਇੱਕ ਹੈ ਬੱਚੋ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਇੱਕ ਇੱਕ ਹੈ ਬੱਚੋ ਬੀਮਸਟੈਕ ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਤੇ ਤੀਜਾ ਹੋ ਗਿਆ ਹੁਣ UPI ਜਿਹਦੇ ਚ ਸੱਤ ਕੰਟਰੀਆਂ ਨੇ ਹੁਣ ਕਨਫਿਊਜ਼ਨ ਇੱਕ ਹੁੰਦੀ ਹੈ ਦਿਖਾਉਣਾ ਲੈ ਤੁਹਾਨੂੰ ਇਹ ਜਿਹੜਾ ਮੈਂ ਬਣਾ ਰਿਹਾ ਨਾ ਇਹਦਾ ਸਾਰੇ ਸਕਰੀਨਸ਼ਾਟ ਲੈ ਲਿਓ ਧੰਨਵਾਦ ਕਰੋਗੇ ਪੇਪਰ 'ਚ ਡੈਫੀਨਿਟਲੀ ਸਵਾਲ ਬਣੂਗਾ ਤਾਂ ਇਹਦੀ ਟ੍ਰਿਕ ਹੈ ਇਹਦੇ 'ਚ ਕਿਹੜੀਆਂ ਕੰਟਰੀ ਨੇ ਐਮ ਬੀ ਬੀ ਐਸ ਪੇਨ ਤਾਂ ਮੈਂ ਕਿਹਾ ਸੀ ਜਿੱਥੇ ਦੁੱਖ ਹੈ ਉੱਥੇ ਪਾਕਿਸਤਾਨ ਤਾਂ ਹੋਊਗਾ ਹੀ ਤੇ ਅੱਜਕੱਲ ਦੁੱਖ ਇੱਕ ਹੋਰ ਕੰਟਰੀ ਦੇ ਰਹੀ ਹੈ ਮਾਲਦੀਵਸ ਦੇ ਰਹੀ ਹੈ ਬਹੁਤ ਦੁੱਖ ਹੈ ਨਾ ਬਾਕੀ ਕਿਹੜੀ ਹੈ ਬੱਚੋ ਬਾਕੀ ਭੂਟਾਨ ਹੈ ਬਾਕੀ ਬੰਗਲਾਦੇਸ਼ ਹੈ ਬਾਕੀ ਸ਼੍ਰੀਲੰਕਾ ਹੈ ਬਾਕੀ ਅਫਗਾਨਿਸਤਾਨ ਹੈ ਬਾਕੀ ਇੰਡੀਆ ਹੈ ਤੇ ਬਾਕੀ ਨੇਪਾਲ ਹੈ ਠੀਕ ਹੈ ਹੁਣ ਬਿਮਸਟੈਕ ਦੀ ਆਪਾਂ ਗੱਲ ਕਰਦੇ ਆ ਬਿਮਸਟੈਕ ਹੈ ਬੇ ਆਫ ਬੰਗਾਲ ਜਿਹੜੀ ਬੰਗਾਲ ਦੀ ਖਾੜੀ ਹੈ ਉਹਦੇ ਇਰਦ-ਗਿਰਦ ਲੱਗਣ ਵਾਲੇ ਦੇਸ਼ ਇਹਦੀ ਟ੍ਰਿਕ ਹੈ ਬੱਚਿਓ ਐਮ ਬੀ ਬੀ ਐਸ ਐਨ ਆਈਟੀ ਹੁਣ ਬੱਚੇ-ਬੱਚੇ ਨੂੰ ਪਤਾ ਕਿ ਮਾਲਦੀਵ ਤਾਂ ਲੱਗਦਾ ਨਹੀਂ ਬੇ ਆਫ ਬੰਗਾਲ ਨਾਲ ਤਾਂ ਬਚਿਆ ਕੌਣ ਬੱਚਿਓ ਮਯਨਮਾਰ म्यानमार फिर भूटान फिर बांग्लादेश फिर श्रीलंका फिर नेपाल फिर इंडिया ਤੇ Thailand ਇਹਨਾਂ ਦੇਸਵਾਰ ਪਹਿਲੀ ਐਕੁਐਟਿਕ ਚੈਂਪੀਅਨਸ਼ਿਪ ਹੋਈ ਨਾ ਤੈਰਾ ਤੈਰਾਕੀ ਵਾਲੀ ਚੈਂਪੀਅਨਸ਼ਿਪ ਹੋਈ ਨਈ ਦਿੱਲੀ ਵਿਖੇ ਹੁਣ UPI ਦੀ ਗੱਲ ਕਰੀਏ ਜੇ ਤਾਂ MB SS Fun ਹੁਣ ਇੱਥੇ MBBS ਨਹੀਂ ਹੈ ਗੌਰ ਕਰੋ ਇੱਕ ਵਾਰ ਇੱਥੇ ਐਮਬੀਬੀਐਸ ਨਹੀਂ ਹੈ ਸੂਰਮਾ 3 ਕਿਤਾਬ 'ਚ ਮੈਂ ਟ੍ਰਿਕਾਂ ਪਾਈਆਂ ਹੋਈਆਂ ਜੇ ਤੁਸੀਂ ਦੇਖਿਆ ਹੋਵੇ ਜਿਹੜਾ ਇੰਟਰਨੈਸ਼ਨਲ ਵਾਲਾ ਚੈਪਟਰ ਹੈ ਜੀ7 ਜੀ20 ਬ੍ਰਿਕਸ ਏਸ਼ੀਆ ਸਾਰਗ ਸਾਰਿਆਂ ਦੀ ਟ੍ਰਿਕਾਂ ਉੱਥੇ ਪਈਆਂ ਹੋਈਆਂ ਨੇ ਵਿਧ ਪ੍ਰਧਾਨ ਮੰਤਰੀ ਰਾਸ਼ਟਰਪਤੀ ਕੈਪੀਟਲ ਤੇ ਕਰੰਸੀ ਖੋਲ ਕੇ ਦੇਖੀ ਕਿਸਨੇ ਸੂਰਮਾ 3 ਇੰਨੀ ਦੇਖ ਲਿਓ ਬਸ ਠੀਕ ਹੈ ਹੁਣ ਇੱਥੇ ਕੀ ਹੈ ਐਮ ਤੋਂ ਇੱਥੇ ਅਲੱਗ ਹੋ ਜਾਂਦਾ ਹੈ ਮੋਰੀਸ਼ੀਅਸ ਮੋਰੀਸ਼ੀਅਸ ਬੀ ਤੋਂ ਹੋ ਜਾਂਦਾ ਹੈ ਬੱਚਿਓ ਭੂਟਾਨ ਐਸ ਤੋਂ ਹੋ ਜਾਂਦਾ ਹੈ ਬੱਚਿਓ ਸ਼੍ਰੀਲੰਕਾ ਐਸ ਤੋਂ ਹੋ ਜਾਂਦਾ ਬੱਚੋ ਸਿੰਗਾਪੁਰ ਐਫ ਤੋਂ ਹੋ ਜਾਂਦਾ ਜੀ ਫਰਾਂਸ ਯੂ ਤੋਂ ਹੋ ਜਾਂਦਾ ਹੈ ਯੂਏਈ ਤੇ ਐਨ ਤੋਂ ਹੋ ਜਾਂਦਾ ਹੈ ਨੇਪਾਲ ਇਹਦਾ ਸਕਰੀਨ ਸ਼ਾਟ ਲੈ ਲਓ ਬਹੁਤ ਕੰਮ ਆਊਗਾ ਤੇ ਸਵੇਰੇ ਉੱਠ ਕੇ ਇੱਕ ਵਾਰ ਜ਼ਰੂਰ ਦੇਖ ਲਿਆ ਕਰੋ ਬਸ ਦੇਖਿਆ ਕਰੋ ਠੀਕ ਹੈ ਸਰ ਕੁਐਸਚਨ ਕਿਵੇਂ ਆਉਣਗੇ ਬੜੀ ਸਿੰਪਲ ਜੀ ਗੱਲ ਹੈ ਆਫੀਸ਼ੀਅਲ ਯਾਦਵੀਰ ਮੇਰੇ ਵੀਰ ਇਹਨਾਂ ਵਿੱਚੋਂ ਕਿਹੜਾ ਦੇਸ਼ ਮੈਂਬਰ ਹੈ ਤੇ ਇਹਨਾਂ ਵਿੱਚੋਂ ਕਿਹੜਾ ਦੇਸ਼ ਮੈਂਬਰ ਨਹੀਂ ਹੈ ਐਦਾਂ ਦਾ ਆ ਜਾਊਗਾ ਜਿਹੜਾ ਤੁਹਾਡੇ ਨਾਲ ਖੇਡ ਸਕਦਾ ਉਹ ਹੈ ਨਾ ਐਗਜ਼ਾਮੀਨਰ ਜੇ ਮੈਂ ਹੁੰਦਾ ਮੈਂ ਖੇਡਦਾ ਪਹਿਲੀ ਗੱਲ ਤਾਂ ਮੈਂ ਖੇਡਦਾ ਐਮ ਉੱਤੇ ਕਿਉਂਕਿ ਇੱਥੇ ਮੋਰੀਸ਼ੀਅਸ ਹੈ ਇੱਥੇ ਮਿਆਂਮਾਰ ਹੈ ਇੱਥੇ ਮਾਲਦੀਵਜ਼ ਹੈ ਸਭ ਤੋਂ ਪਹਿਲਾਂ ਮੈਂ ਖੇਡਦਾ ਬੱਚਿਓ ਐਮ ਉੱਤੇ ਦੂਜਾ ਮੈਂ ਖੇਡਦਾ ਬੀ ਉੱਤੇ ਇੱਥੇ ਕਿ ਪੁਟਾਨ ਹੈ ਜਾਂ ਫਿਰ ਬੰਗਲਾਦੇਸ਼ ਹੈ ਇਹਦੇ ਉੱਤੇ ਮੈਂ ਖੇਡਦਾ ਤੁਹਾਡੇ ਨਾਲ ਤਾਂ ਇਹਦਾ ਜਰੂਰ ਸਕਰੀਨਸ਼ਾਟ ਲੈ ਲਿਆ ਤਾਂ ਇੱਕ ਵਾਰ ਥੰਬਸ ਅਪ ਕਰ ਦਿਓ ਕਿਹਦੇ ਕਿਹਦੇ ਤੋਤੇ ਉੜ ਗਏ ਇੱਕ ਵਾਰ ਇਹ ਵੀ ਦੱਸੋ ਇੱਕ ਵਾਰ ਮੈਂ ਆਈ ਵਾਂਟ ਟੂ ਨੋ ਕਿਹਦੇ ਕਿਹਦੇ ਤੋਤੇ ਉੜ ਚੁੱਕੇ ਨੇ ਅਮਰਿਤਪਾਲ कौर ਐ ਕਰੋ ਆਪਣੀ ਆਰਡਰ ਆਈਡੀ ਲਿਖ ਦਿਓ ਇੱਥੇ ਮੈਂ ਹੁਣੇ ਚੈੱਕ ਕਰਵਾ ਲੈਣਾ ਆਪਣੀ ਆਰਡਰ ਆਈਡੀ ਦੇਖਿਆ ਸ਼ੁਭਮ ਅਫਸਰ ਨੇ ਗਲਤ ਲਿਖ ਦਿਆ ਪੜ੍ਹ ਕੇ ਵੀ ਮੇਰੇ ਲਾਲ ਐਮ ਬੀ ਐਸ ਐਸ ਹੈ ਉਹ ਐਮ ਬੀ ਬੀ ਐਸ ਨਹੀਂ ਹੈ ਐਮ ਬੀ ਐਸ ਐਸ ਹੁਣ ਤੂੰ ਬੰਗਲਾਦੇਸ਼ ਚ ਵੀ ਯੂ ਪੀ ਐ ਚਲਾ ਦੇਗਾ ਐਮ ਬੀ ਐਸ ਐਸ ਫਨ ਪੜੋ ਤਾਂ ਲਿਖਿਆ ਕੀ ਹੈ ਯਾਰ ਦੋ ਐਮ ਬੀ ਬੀ ਐਸ ਨੇ ਤੀਜਾ ਐਮ ਬੀ ਐਸ ਐਸ ਹੈ 2 एमबीबीएस ਨੇ ਤੀਜਾ एमबीएस ਹੈ ਤੇ ਇਹਨੂੰ ਯਾਦ ਕਰਨ ਦਾ ਕੋਈ ਹੋਰ ਹੱਲ ਹੈ ਹੀ ਨਹੀਂ ਡੇਲੀ ਬੈਕਰ ਵਸ ਇੱਕ ਵਾਰ ਦੇਖੋ ਹਫਤੇ ਬਾਅਦ ਆਪਣੇ ਆਪ ਤੁਹਾਨੂੰ ਮਜ਼ਾ ਆਊਗਾ ਤੇ ਕੁਝ ਬੋਲੋਗੇ ਸਰ ਮਜ਼ਾ ਆ ਗਿਆ ਸਰ ਯਾਦ ਕਿਵੇਂ ਕਰੀਏ ਸੋਚੋ ਮੈਂ ਕਿੰਨਾ ਯਾਦ ਕੀਤਾ ਹੋਣਾ ਬਾਰ-ਬਾਰ ਪੜ੍ਹ-ਪੜ੍ਹ ਕੇ ਮੈਂ ਕਦੇ ਐ ਨਹੀਂ ਬੈਠਿਆ ਵੀ ਯਾਦ ਕਰਾਂ ਇਹ ਬਸ ਆਪਣੇ ਆਪ ਹੋ ਜਾਂਦੀਆਂ ਨੇ ਚੀਜ਼ਾਂ हूँ जिदा कल सुरमा टू की क्लास तो बाद ना, एक बच्ची का मैसेज आया हो टेलीग्राम से कहती सर कोई ट्रिक दस दो मैं क्या अठ तो दस बार पढ़ भी कौन कौन प्रधानमंत्रियों मिले किन्ने मिले मिलया किरतों को मिले अपने आप मैं क्या थोड़े थोड़े दिमाग चीजा पैनिया शुरू हो जा चली अगे और चलीए अगे कि नहीं चले मजा आ गया आज है ना कह रहा सर आज लग रहा है पता कि क्या पढ़ना होता है ਹੁਣ ਦੱਸੋ ਮੈਨੂੰ ਹੈਨਾ ਉਹੀ ਗੱਲ ਕਿਹੜਾ ਤੁਹਾਨੂੰ ਆਫਲਾਈਨ ਚ ਕਰਾ ਦਿੰਦਾ ਹੈ ਕਿਉਂਕਿ ਮੈਂ ਵੀ ਪੜਿਆ ਹੋਇਆ ਮੈਨੂੰ ਵੀ ਐਕਸਪੀਰੀਅੰਸ ਹੈ ਕੋਈ ਨਹੀਂ ਕਰਾਉਂਦਾ ਹੈ ਕਰੰਟ ਅਫੇਅਰ ਦੀ ਮੈਨੂੰ ਪਤਾ ਮੇਰੇ ਨਾਲ ਕੀ ਹੁੰਦਾ ਸੀਗਾ ਸਾਡੇ ਉੱਥੇ ਹਫਤੇ 'ਚ ਨਾ ਵੀਕਐਂਡ ਤੇ ਸ਼ਨੀਵਾਰ ਨੂੰ ਇੱਕ ਪੰਨਾ ਦਾ ਦੇ ਦਿੰਦੇ ਸੀਗੇ ਪ੍ਰਿੰਟ ਕਰਕੇ 7-8 ਪੇਜ ਹੁੰਦੇ ਸੀਗੇ ਇੱਕ ਮਾਟਰ ਆਉਂਦਾ ਸੀਗਾ ਤਗੜਾ ਜਿਹਾ ਮਾਸਟਰ ਸੀਗਾ ਆ ਕੇ ਉਹ ਕਰਦਾ ਸੀ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਬਾਕੀ ਆਪਣੇ ਆਪ ਪੜ ਲੈਣਾ ਚਲੋ this was the importance given for current affairs ਤੁਹਾਨੂੰ ਕੀ ਲੱਗਦਾ ਕਰੰਟ ਅਫੇਅਰ ਕਿਉਂ ਚੁਣਿਆ ਮੈਂ ਟੌਪਿਕ ਮੈਂ ਸ਼ੁਰੂਆਤ ਇੱਥੇ ਨਾ ਮੈਥ ਨਾਲ ਕੀਤੀ ਸੀ ਕਿਸੇ ਨੂੰ ਨਹੀਂ ਪਤਾ ਜੇ ਮੈਂ ਮੈਥ ਸਟਾਰਟਿੰਗ ਕੀਤੀ ਸੀਗੀ ਲੇਕਿਨ ਉਹ ਸੀ ਯਾਰ ਮੈਂ ਕਹਾ ਨਹੀਂ ਯਾਰ ਕਰੰਟ ਅਫੇਅਰ ਕਰਾਉਣੇ ਨੇ ਬੱਚਿਆਂ ਨੂੰ ਕਰੰਟ ਅਫੇਅਰ ਹੁੰਦੇ ਹੀ ਨਹੀਂ ਬੱਚੇ ਪੜ੍ਹ ਕੇ ਜਾਂਦੇ ਨੇ ਕੁਝ ਆਉਂਦਾ ਹੈ ਕੁਝ ਬੱਚੇ ਕਰਕੇ ਜਾਂਦੇ ਨੇ ਕੁਝ ਆਉਂਦਾ ਸੀਗਾ ਕੁਝ ਤਾਂ ਮੈਂ ਉਹ ਕਿਹਾ ਮੈਂ ਕਹਾ ਨਹੀਂ ਤਾਂ ਮੈਂ ਲਾ ਲਓ ਤੁਸੀਂ ਪਹਿਲਾ ਸਾਲ ਤੁਸੀਂ ਲਾ ਲਓ ਮੈਂ ਕਰੰਟ ਅਫੇਅਰ ਤੇ ਮੈਥ ਦੋਨੇ ਕਰਾਇਆ ਸਵੇਰੇ ਮੇਰੀ 8 ਵਜੇ ਕਲਾਸ ਹੁੰਦੀ ਸੀ ਕਰੰਟ ਅਫੇਅਰ ਦੀ ਸ਼ਾਮ ਨੂੰ ਮੇਰੀ 4 ਵਜੇ ਕਲਾਸ ਹੁੰਦੀ ਸੀ ਕਿ ਮੈਥ ਦੀ ਕਟੋਕਟ ਸਾਲ ਪੜਾਇਆ ਹੋਇਆ ਮੈਂ ਬਹੁਤ ਲੈਕਚਰ ਪਾਈ ਹੋਏ ਨੇ ਮੇਰੇ YouTube ਉੱਤੇ ਮੈਥ ਦੇ ਤੇ ਉਹ ਤੋਂ ਬਾਅਦ ਮੈਂ ਹੁਣ ਕਰੰਟ ਅਫੇਅਰ ਤੇ ਕੰਪਲੀਟਲੀ ਸ਼ਿਫਟ ਹੋ ਗਿਆ ਤਾਂ ਇਸ ਕਰਕੇ ਇਹ ਕਿਉਂਕਿ ਮੈਂ ਦੇਖਿਆ ਨਾ ਕਰੰਟ ਅਫੇਅਰ ਦਾ ਹਾਲ ਕੀ ਹੈ ਹੈਨਾ ਨਹੀਂ ਕਰਾਂਦੀ ਚੀਜ਼ਾਂ ਯਾਰ ਇਹ ਕੋਈ ਨਹੀਂ ਕਰਾਉਂਦਾ ਇਹ ਟ੍ਰਿਕਾਂ ਟਰੁਕਾਂ ਤਾਂ ਕਹਿੰਦੇ ਭੁੱਲੀ ਜਾਓ ਹੈਨਾ ਚਲੋ ਅੱਗੇ ਚੱਲਦੇ ਆਪਾਂ ਅਗਲਾ ਸਵਾਲ ਤਾਂ ਫਲਿੱਪਕਾਰਟ ਨੇ ਕਿਹਦੇ ਨਾਲ ਭਾਈਵਾਲੀ ਕੀਤੀ ਬੱਚੋ ਐਕਸਿਸ ਬੈਂਕ ਦੇ ਨਾਲ ਭਾਈਵਾਲੀ ਕੀਤੀ ਬਿਲਕੁਲ ਠੀਕ ਹੈ ਜੀ ਚਲੋ ਅਗਲਾ ਸਵਾਲ ਬੰਸਲਣ ਬੰਸਲ ਚਲੋ ਲੋਕਪਾਲ ਦਾ ਚੇਅਰ ਪਰਸਨ ਕਿਹਨੂੰ ਨਿਯੁਕਤ ਕੀਤਾ ਗਿਆ ਹੈ ਆਪਾਂ ਗੱਲ ਕੀਤੀ ਸੀ ਲੋਕਪਾਲ ਕੀ ਸੀਗਾ ਉਹੀ ਅੰਨਾ ਜਾ ਰਹੇ ਅਰਵਿੰਦ ਕੇਜਰੀਵਾਲ ਕਿਰਨ 베ਦੀ ਬਾਬਾ ਰਾਮਦੇਵਾਲਾ ਜਿਹੜਾ ਭ੍ਰਸ਼ਟਾਚਾਰ ਦੇ ਵਿਰੁੱਧ ਇਹਨਾਂ ਨੇ ਅੰਦੋਲਨ ਜਾਂ ਕੀਤਾ ਸੀਗਾ ਉਦੋਂ ਬਾਅਦ ਜਦੋਂ ਸੂਟ ਪਾ ਕੇ ਘੱਗਰੇ ਪਾ ਕੇ ਭੱਜੇ ਸੀਗੇ ਆਰਾਮਦੇ ਹੁਣੀ ਤੇ ਬਸ ਅੱਜ ਦੇਖੋ ਫਿਰ ਸਰਕਰੰਟ ਫਿਰ ਸਰ ਸਬ ਇੰਸਪੈਕਟਰ ਪੰਜਾਬ ਪੁਲਿਸ ਲਾ ਲੋ ਬੈਂਕ ਦਾ ਪੇਪਰ SSC ਪੇਪਰ ਸਾਰੇ ਲਈ ਕਲਾਸ ਹੈ ਬੱਚਿਓ ਇਹ ਜਵਾਬ ਇਹਦਾ ਕੀ ਹੈ ਬੱਚਿਓ ਇਹਦਾ ਜਵਾਬ ਹੈ ਬੱਚਿਓ ਦੱਸੋ ਦੱਸੋ ਏ ਐਮ ਖਾਨ ਵਿਲਕਰ ਏ ਐਮ ਖਾਨ ਵਿਲਕਰ ਸਾਹਿਬ ਨੂੰ ਬਣਾਇਆ ਗਿਆ ਜੀ ਇਹਦਾ ਚੇਅਰਮੈਨ ਕਿਹਨੂੰ ਰੀਪਲੇਸ ਕਰਨਗੇ ਜੀ ਪੀ ਕੇ ਮੋਹਨਟੀ ਸਾਹਿਬ ਨੂੰ ਰੀਪਲੇਸ ਕਰਨਗੇ ਨਾਲ ਤਿੰਨ ਮੈਂਬਰ ਹੋਰ ਜੁੜੇ ਨੇ ਜਸਟਿਸ ਲਿੰਗਪਾ ਨਾਰਾਇਣ ਸਵਾਮੀ ਸੰਜੇ ਯਾਦਵ ਤੇ ਰਿਤੂ ਰਾਜ अवस्थी ਤੇ ਨਾਲ ਨੌਨ ਜੁਡੀਸ਼ੀਅਲ ਮੈਂਬਰ ਵੀ ਨੇ ਸੁਸ਼ੀਲ ਚੰਦਰ ਪੰਕਜ ਕੁਮਾਰ ਤੇ ਅਜੇ ਟਰਕੀ ਆ ਦੱਸੋ ਸਵਾਲ ਹੁਣ ਹੈ ਸਵਾਲ ਕਿੱਥੇ ਗਿਆ ਉਹ ਫਿਟੇ ਮੂੰ ਮੈਂ ਪੁੱਛਿਆ ਸੀਗਾ ਵੀ ਲੋਕਪਾਲ ਕਿਹੜੇ ਸਾਲ ਚ ਬਣਿਆ ਸੀਗਾ ਮੈਂ ਪੁੱਛਣਾ ਮਤਲਬ ਸਵਾਲ ਪਾਣਾ ਭੁੱਲ ਗਿਆ ਮੈਨੂੰ ਲੱਗਦਾ ਦਿਮਾਗ 'ਚ ਮੈਂ ਸਵਾਲ ਬਣਾਤਾ ਟਾਈਪ ਹੋਇਆ ਨਹੀਂ ਤਾਂ ਲੋਕਪਾਲ ਦਾ ਧਿਆਨ ਰੱਖਣੇ ਵਿੱਚੋਂ ਇਹ ਐਕਟ ਕਦੋਂ ਹੋਇਆ ਬਹੁਤ ਹੀ ਨਵਾਂ ਐਕਟ ਹੈ ਤਾਂ ਸਾਡੇ ਲਈ ਇੰਪੋਰਟੈਂਟ ਹੋ ਜਾਂਦਾ ਇਹਦਾ ਸਾਲ ਤਾਂ ਜੀ 2013 ਦੇ ਵਿੱਚ ਲੋਕਪਾਲ ਐਂਡ ਲੋਕਾਇਕਤਾ ਐਕਟ ਹੋਇਆ ਅਗਲਾ ਭਾਰਤੀ ਜਲ ਸੈਨਾ ਨੇ ਡੈਸ਼ ਵਿੱਚ ਆਈ ਐਨ ਐਸ ਗਰੁੜ ਵਿੱਚ ਨਵੇਂ ਸ਼ਾਮਲ ਕਿਤੇ ਐਸ ਐਚ ਯਾਰ ਪਤਾ ਨਹੀਂ ਅੱਛਾ ਐਮ ਐਚ ਲੈਟਾਂ ਬਹੁਤ ਪਹਿਰੀਆਂ ਨੇ ਐਮ ਐਚ 60 ਆਰ ਸੀ ਹਾਕ ਮਲਟੀ ਰੋਲ ਹੈਲੀਕਾਪਟਰ ਨੂੰ ਸ਼ਾਮਿਲ ਕੀਤਾ ਤਾਂ ਆਈ ਐਨ ਐਸ ਗਰੁੜ ਨੂੰ ਕਿੱਥੇ ਮਤਲਬ ਉਹਦੇ ਉੱਤੇ ਕਿੱਥੇ ਕੀਤਾ ਵੇ ਸੀਜੀ ਗੱਲ ਆਇਆ ਨਵੇਂ ਜਿਹੜੇ 60R MH-60K ਹੈਲੀਕਾਪਟਰ ਨੇ ਆਪਾਂ ਕੱਲ ਵੀਡੀਓ ਵੀ ਦੇਖੀ ਸੀਗੀ ਪ੍ਰੋਪਰ ਤਾਂ ਉਹਨੂੰ ਕੀਤਾ ਬੱਚੋ ਕੋਚੀ ਵਿਖੇ ਕੋਚੀ ਕਿੱਥੇ ਪੈਂਦੀ ਕੇਰਲਾ ਚ ਪੈਂਦੀ ਹੈ ਇਹ ਹੈ ਜੀ ਹੈਲੀਕਾਪਟਰ ਹੈ ਨਾ ਅਗਲਾ ਤਾਂ ਜੀ MH-60RC ਹੌਕ ਮਲਟੀ ਰੋਲ ਹੈਲੀਕਾਪਟਰਾਂ ਨੂੰ ਕਿੰਨੇ 에ਅਰਕ੍ਰਾਫਟਾਂ ਦੀ ਡੀਲ ਦੇ ਤਹਿਤ ਯੂਐਸ ਗਵਰਨਮੈਂਟ ਨਾਲ ਸਾਈਨ ਕੀਤਾ ਗਿਆ ਸੀ ਯਾਨੀ ਕਿ ਅਸੀਂ ਕਿੰਨੇ ਹੈਲੀਕਾਪਟਰ ਉਹਨਾਂ ਤੋਂ ਮੰਗਾ ਰਹੇ ਹਾਂ ਹਜੇ ਇੱਕ ਤਾਂ ਆ ਚੁੱਕਾ ਹੈ ਬਾਕੀ ਕਿੰਨੇ ਮੰਗਾ ਰਹੇ ਹਾਂ ਤੇ ਪਹਿਲਾਂ ਕਿੱਥੇ ਆਇਆ ਹੈ ਆਈਐਨਐਸ ਗਰੁੜ ਉੱਤੇ ਆਇਆ ਹੈ ਕੋਚੀ ਚਲੋ ਸ਼ਾਬਾਸ਼ सुबाश गाइस आप इतने धीरे धीरे जवाब क्यों दे रहे हैं क्या आपको जवाब नहीं आ रहे हैं आपको सवाल नहीं समझ आ रहे हैं या आप क्लास नहीं लगा रहे हैं कल मैं एक पाकिस्तानी सीरील देखिए जाता सी मतलब सीरियल तो नहीं इंस्टाग्राम तो नहीं आते क्लिपा कलुपा बहुत सोहने लोग ने यार मुंडे हुए भावे कुड़ियाँ बहुत सोहने लोग ने यारो ਹੈ ਨਾ ਆਪ ਇਤਨਾ ਤਕल्लुਫ ਕਿਉਂ ਕਰ ਰਹੇ ਹੈ ਸੋਹਣੇ ਇੰਨੇ ਯਾਰ ਮਤਲਬ ਕੀ ਕਹੀਏ ਉਹੀ ਦੇਖ ਲੋ ਯਾਰ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਬਣੀ ਜਿਹੜੀ ਫੀਮੇਲ ਉਧਰ ਦੀ 50 ਸਾਲ ਦੀ ਯਾਰ ਹੈ ਨਾ ਮੈਨੂੰ ਫੋਟੋਆਂ ਭੇਜ ਰਹੇ ਲੋਕ ਇਧਰ ਉਧਰ ਤੋਂ ਕਹਿੰਦੇ ਦੇਖੋ ਇਹ ਇਹ ਪ੍ਰਧਾਨ ਮੰਤਰੀ ਬਣੀ ਪ੍ਰਧਾਨ ਮੰਤਰੀ ਬਣੀ ਮੈਂ ਕਿੰਨੇ ਸਾਲ ਦੀ ਹੋਗੀ ਹੈ ਕਹਿੰਦੇ ਹੋਣੀ 25 30 ਦੀ ਮੈਂ ਕਹਾ 50 ਸਾਲਾਂ ਦੀ ਹੈ ਥੋੜੀ ਬੇਬੇ ਦੀ ਉਮਰ ਦੀ ਹੈ ਇਹ ਚਲੋ ਜਵਾਬ ਇਹਦਾ ਕੀ ਹੈ ਜੀ 24 ਠੀਕ ਹੈ 24 ਆਪਾਂ ਇਦਾਂ ਦੇ ਹੈਲੀਕਾਪਟਰ ਲੈ ਰਹੇ ਨੇ ਹੁਣ ਇਹਨਾਂ ਨੂੰ ਕਮਿਸ਼ਨ ਕੀਤਾ ਜਾਊਗਾ ਇੰਡੀਅਨ ਨੇਵੀ ਦੇ ਵਿੱਚ ਐਜ਼ ਕੀ ਕਿਹੜੇ ਸਕਵਾਡਰਨ ਦੇ ਤਹਿਤ ਇਹਨਾਂ ਦਾ ਸਕਵਾਡਰ ਨੰਬਰ ਕੀ ਹੋਗਾ 24 34 34 34 ਸ਼ਾਬਾਸ਼ ਇਹਨਾਂ ਦਾ ਸਕਵਾਡਰਨ ਨੰਬਰ ਕੀ ਹੋਊਗਾ ਆਈ ਐਨ ਏ ਐਸ ਸ਼ਾਬਾਸ਼ ਸਟੋਰੀ ਸਟੋਰੀ ਤਾਂ ਪਤਾ ਨਹੀਂ ਬਾਈ ਇਕ ਤਾਂ ਬੋਲਣ ਦਾ ਢੰਗ ਬਿਲਕੁਲ ਕਿਉਂਕਿ ਪਿਓਰ ਉਰਦੂਜੀ ਬੋਲਦੇ ਹੁੰਦੇ ਨੇ ਉਹ ਤੇ ਸੋਹਣੇ ਰੱਜ ਕੇ ਯਾਰ ਇੰਨੇ ਗੋਰੇ ਗਮਾਲਾ ਹੈ ਰ ਹਨਾ ਇਹ ਲੰਬੇ ਹਨ ਚਲੋ ਦਿਲਪੀਤ ਢਿੱਲੋਂ ਤਾਂ ਉਹੀ ਗਾਣਾ ਗਾ ਗਿਆ ਪਵਾਲੇ ਜਿਮ ਚ ਸਰੀਰ ਜੰਡ ਵਰਗੇ ਐਡਾ ਜੰਡ ਤਾਂ ਹੈਵੀ ਨਹੀਂ ਉਹ ਜੰਡ ਤਾਂ ਉਹ ਲੱਗਦੇ ਨੇ ਉਹ ਲੰਬੇ ਲੰਬੇ ਜੇ ਗੋਡਿਆਂ ਤੋਂ ਥੱਲੇ ਪੈਰਾਂ ਨੂੰ ਟੱਚ ਕਰਦੇ ਕੁਰਤੇ ਪਾ ਕੇ ਚਲੋ ਜਵਾਬ ਇਹਦਾ ਕੀ ਹੋ ਜਾਂਦਾ ਬੱਚੋ 334 ਠੀਕ ਹੈ ਸਕਵਾਡਰ ਨੰਬਰ 334 ਤਾਂ ਧਿਆਨ ਰੱਖਣੀ ਗੱਲ ਲਾਸਟ ਸਵਾਲ ਹੈ ਐਮ ਐਚ ਹੈਲੀਕਾਪਟਰ ਬਣਾ ਕੌਣ ਰਿਹਾ ਹੈ ਤਾਂ ਇੰਨਾ ਸਾਨੂੰ ਪਤਾ ਲੱਗਿਆ ਵੀ ਯੂ ਐਸ ਤੋਂ ਆ ਰਹੇ ਨੇ 24 ਆ ਰਹੇ ਨੇ ਠੀਕ ਹੈ ਆਈ ਐਨ ਐਸ ਗਰੁੜ ਉਤੇ ਆ ਰਹੇ ਨੇ ਇਹ ਆਈ ਐਨ ਐਸ ਗਰੁੜ ਕਿੱਥੇ ਹੈ ਇਹ ਕੋਚੀ ਵਿੱਚ ਹੈ ਤੇ ਇਹਦਾ ਸਕੁਆਡਰ ਨੰਬਰ ਕੀ ਹੋ ਜਾਊਗਾ ਆਈ ਐਨ ਐਸ 334 ਹੋ ਜਾਊਗਾ ਤਾਂ ਦੱਸੋ ਮੈਨੂੰ ਫਟਾ 234 334 ਹਾਂ 334 ਇਹਨੂੰ ਬਣਾਇਆ ਹੈ ਬੱਚੇ ਯੂ ਐਸ اے ਦੀ ਕੰਪਨੀ ਲੌਕ ਹੀਡ ਮਾਰਟਿਨ ਨੇ ਠੀਕ ਹੈ ਇਹਨੂੰ ਬਣਾਇਆ ਹੈ ਲੌਕ ਹੀਡ ਮਾਰਟਿਨ ਚਲੋ ਲੈ ভাই ਇਹ ਹੋ ਗਏ ਜੀ ਸਾਡੇ ਕੱਲ ਦੇ ਕਰੰਟ ਅਫੇਅਰ ਖਤਮ ਹੁਣ ਆਪਾਂ ਕਰਾਂਗੇ ਅੱਜ ਦੇ ਡੀਟੇਲ ਸਰ ਮਤਲਬ ਪਿਛਲੇ ਕੱਲ ਦੀ ਰਿਵੀਜ਼ਨ ਕੀਤੀ ਹੁਣ ਤੱਕ ਹੁਣ ਆਪਾਂ ਅੱਜ ਦੇ ਕਰੰਟ ਡਿਟੇਲ ਚ ਕਰਦੇ ਆਂ ਤੇ ਸ਼ੁਰੂਆਤ ਆਪਾਂ ਕਰਾਂਗੇ ਘੈਂਟ ਤੇ ਬਣਾਉਨੇ ਆ ਕੋਈ ਯਾਰ ਇਹ ਕੀ ਨਿਕਾਰਾ ਗੁਆ ਸਵਾਦ ਵੀ ਆਣਾ ਚੇ ਪੜਨੇ ਦਾ ਆਹਾਹਾ ਲਓ ਪੰਜਾਬ ਤੋਂ ਲੈ ਕੇ ਆਉਂਨੇ ਆ ਗੱਲ ਆਪਾਂ ਪੈਂਦੀ ਆ ਫਿਰ ਧੱਕ ਚੈਂਪੀਅਨ ਤਾਂ ਜੀ ਚਾਰ ਵਾਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੋ ਚੁੱਕੀਆਂ ਨੇ ਚਾਰ ਵਿੱਚੋਂ ਤਿੰਨ ਵਾਰ ਪੰਜਾਬ ਦੀ ਯੂਨੀਵਰਸਿਟੀ ਜਿੱਤ ਚੁੱਕੀ ਹੈ ਤੇ ਇਸ ਵਾਰ ਚੰਡੀਗੜ੍ਹ ਯੂਨੀਵਰਸਿਟੀ ਦੀ ਵਾਰੀ ਆਈ ਹੈ ਤਾਂ ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮ 2024 ਦੀ ਮੈਡਲ ਟੈਲੀ ਵਿੱਚ 32 ਸੋਨਾ ਹੈ 18 ਚਾਂਦੀ ਤੇ 21 ਬ੍ਰੌਂਜ਼ ਮੈਡਲ ਜਿੱਤ ਗਏ ਜੀ ਟਾਪ ਕਰ ਲਿਆ ਜੀ ਠੀਕ ਹੈ ਤਾਂ ਜੀ ਇਹ ਵੱਖ-ਵੱਖ ਮੈਸੇ ਵੈਸੇ ਤਾਂ ਦੇਖੋ ਅਸਮ ਦੇ ਵਿੱਚ ਹੋਈਆਂ ਇਹ ਕਿੱਥੇ ਹੋਈਆਂ ਅਸਾਮ ਦੇ ਵਿੱਚ ਹੋਈਆਂ ਜਿਹਦਾ ਮੁੱਖ ਮੰਤਰੀ ਹਿਮੰਤ ਬਿਸ਼ਵਾਸ ਸ਼ਰਮਾ ਗਵਰਨਰ ਗੁਲਾਬ ਚੰਦ ਕਟਾਰੀਆ ਲੇਕਿਨ ਉਹਨਾਂ ਨੇ ਕੀ ਕੀਤਾ ਬਾਕੀ ਸਟੇਟਾਂ ਨੂੰ ਵੀ ਇੱਕ-ਇੱਕ ਦੋ-ਦੋ ਖੇਡ ਦੇ ਦਿੱਤੇ ਸੀਗੇ ਤਾਂ ਇਹਦੇ ਚ ਚੰਡੀਗੜ੍ਹ ਯੂਨੀਵਰਸਿਟੀ ਜਿੱਤੀ ਹੈ ਤੇ ਪਹਿਲੀ ਵਾਰ ਚੰਡੀਗੜ੍ਹ ਯੂਨੀਵਰਸਿਟੀ ਜਿੱਤੀ ਹੈ ਇਹ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਨਹੀਂ ਜਿੱਤੀ ਸੀ ਤਾਂ ਸੈਕਿੰਡ ਨੰਬਰ ਤੇ ਲਵਲੀ ਜੀ ਲਵਲੀ ਚ ਤੇ ਥਰਡ ਨੰਬਰ ਤੇ ਜੀਐਨਡੀਯੂਆਈ ਹੈ ਇਸ ਕਮਾਲ ਦੀ ਗੱਲ ਪਤਾ ਕੀ ਹੈ ਮੈਂ ਨਾ 2 ਸਾਲ ਤੋਂ ਪੜਾ ਰਿਹਾ ਜੀਐਨਡੀਯੂ ਜਿਆਦਾ ਟਾਈਟਲ ਨਹੀਂ ਜਿੱਤਦੀ ਹਾਂ ਪੋਡੀਅਮ ਤੇ ਫਿਨਿਸ਼ ਕਰਦੀ ਹੈ ਸੈਕਿੰਡ ਤੇ ਆ ਜਾਂਦੀ ਹੈ ਥਰਡ ਤੇ ਆ ਜਾਂਦੀ ਹੈ ਫਰਸਟ ਨਹੀਂ ਦੇਖੀ ਮੈਨੇ ਲੇਕਿਨ ਮੌਲਾਨਾ ਅਬੁਲ ਕਲਾਮਾ ਜਾਨ ਟਰੋਫੀ ਫੇਰ ਉਹ ਹੀ ਲੈ ਕੇ ਚਲੇ ਜਾਂਦੇ ਨੇ ਤਾਂ ਇਹ ਹੈ ਜੀ ਹੁਣ ਦੇਖੋ ਤੁਸੀਂ ਤੱਕ ਦੇਖਿਓ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਐਲਪੀਯੂ ਪੰਜਾਬ ਜੀਐਨਡੀਯੂ ਪੰਜਾਬ ਪੰਜਾਬ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਯੂਨੀਵਰਸਿਟੀ 10 ਵਿੱਚੋਂ 6 ਯੂਨੀਵਰਸਿਟੀਆਂ ਟੌਪ 10 ਦੇ ਵਿੱਚ ਪੰਜਾਬ ਦੀਆਂ ਨੇ ਕਹਿੰਦੇ ਪੈਂਦੀ ਆ ਫਿਰ ਤੱਕ ਚੈਂਪੀਅਨ ਹੈ ਤਾਂ ਆ ਵੇਖੋ ਜੀ ਤੇ ਕਮਾਲ ਦੀ ਗੱਲ ਏ ਆ 71 ਮੈਡਲ ਨੇ ਟੋਟਲ ਚੰਡੀਗੜ੍ਹ ਯੂਨੀਵਰਸਿਟੀ ਦੇ ਜੀਐਨਡੀਯੂ ਦੇ 51 ਮੈਡਲ ਨੇ ਬਾਕੀ ਕਿਸੇ ਦੇ 50 ਤੋਤੇ ਮੈਡਲ ਨਹੀਂ ਹੈ ਹੁਣ ਇੱਕ ਸਵਾਲ ਬੱਚਿਆਂ ਦਾ ਬਣਦਾ ਹੈ ਕਿ ਸਰ ਇਹਦੇ 51 ਮੈਡਲ ਨੇ ਤੇ 42 ਮੈਡਲ ਨੇ ਐਲਪੀਯੂ ਦੇ ਫਿਰ ਜੀਐਨਡੀਯੂ ਉੱਤੇ ਕਿਉਂ ਨਹੀਂ ਹੈ ਕਿਉਂਕਿ ਬੱਚੇ ਗੱਲ ਹੁੰਦੀ ਹੈ ਸਾਰੀ ਸੋਨੇ ਦੀ 20 골드 메달ਨसेना ਕੋਲ জিএনডিও ਕੋਲ ਸਿਰਫ 12 ਨੇ ਹੁਣ ਐ ਤਾਂ ਇਹਦੇ ਕੋਲ ਵੀ 12 ਨੇ ਪੀਯੂ ਕੋਲ ਜੈਨ ਯੂਨੀਵਰਸਿਟੀ ਕਰਨਾਟਕਾ ਕੋਲ ਵੀ 12 ਨੇ ਲੇਕਿਨ ਹੁਣ ਇੱਥੇ ਫਿਰ ਟੋਟਲ ਚੈੱਕ ਕਰ ਲਿਆ ਜਾਊਗਾ ਤਾਂ ਪਹਿਲਾ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਸੋਨੇ ਨੂੰ ਸੋਨੇ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਬੱਚਿਓ ਟੋਟਲ ਇਹ ਗੱਲ ਧਿਆਨ ਰੱਖਣੀ ਆਪਾਂ ਸਾਰਿਆਂ ਨੇ ਠੀਕ ਹੈ ਕਿਉਂਕਿ ਸੋਨਾ ਕਿੰਨਾ ਸੋਨਾ ਹੈ ਸੋਨੇ ਜੈਸਾ ਤੇਰਾ ਮਨ ਤੁੰਦਰ ਪਨ ਕਾ ਚਾਹਤੀ ਹੈ دیਵਾਨੇ ਦਿਲ ਕੀ ਧੜਕਨ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਹੀਰੋ ਨੰਬਰ 1 ਹੈ ਨਾ ਤਾਂ ਧਿਆਨ ਰੱਖੋ ਜੀ ਚੰਡੀਗੜ੍ਹ ਯੂਨੀਵਰਸਿਟੀ 1st ਤੇ ਐਲਪੀਯੂ 2nd ਤੇ ਜੀਐਨਡੀਯੂ 3rd ਤੇ ਪੰਜਾਬ ਯੂਨੀਵਰਸਿਟੀ 4th ਤੇ ਕੀ ਕਹਿੰਦੇ ਹੋਣੇ ਨਾ ਮੈਨੂੰ ਲੱਗਦਾ ਇਹਨਾਂ ਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਕਿ ਚਲੋ 1st ਤਾਂ ਪੰਜਾਬ ਦੀ ਕੋਈ ਯੂਨੀਵਰਸਿਟੀ ਵਿੱਚ ਆਪਾਂ ਨਾ ਪਹਿਲੀ ਪਲੇਸ ਲਈ ਆਪਾਂ ਕਰਾ ਲੈਨੇ ਲੜਾਈ ਹੈ ਨਾ ਪੀਯੂ ਵਗੈਰਾ ਵਿੱਚ ਬਾਕੀ ਦੱਸੋ ਬਾਕੀ ਕੌਣ ਆਊਗਾ ਕਿਉਂਕਿ ਹੁਣ ਤੱਕ ਚਾਰ ਵਾਰੀ ਹੋਇਆ ਪੀਯੂ ਜਿੱਤਿਆ ਇਹ ਜੀ ਇਹ ਇੱਕ ਵਾਰ ਕਰਨਾਟਕਾ ਦੀ ਕੋਈ ਯੂਨੀਵਰਸਿਟੀ ਜਿੱਤੀ ਹੈ ਫੇਰ ਪੀਯੂ ਜਿੱਤਿਆ ਹੈ ਤੇ ਫੇਰ ਚੰਡੀਗੜ੍ਹ ਯੂਨੀਵਰਸਿਟੀ ਜਿੱਤਿਆ ਹੈ ਤਾਂ ਆਹ ਵੇਖੋ ਜੀ ਕਮਾਲ ਦੀ ਚੀਜ਼ ਤਾਂ ਪਹਿਲੇ ਨੰਬਰ ਤੇ ਉੜੀਸ਼ਾ ਚ ਹੋਇਆ ਸੀਗਾ ਜਦੋਂ 2020 ਦੇ ਵਿੱਚ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਤੀ ਸੀ ਦੂਜੇ ਨੰਬਰ ਤੇ ਕਰਨਾਟਕਾ ਚ ਹੋਇਆ ਸੀ ਜੈਨ ਯੂਨੀਵਰਸਿਟੀ ਜਿੱਤੀ ਫੇਰ ਯੂਪੀ ਚ ਹੋਇਆ ਪਿਛਲੇ ਸਾਲ ਫੇਰ ਪੀਯੂ ਜਿੱਤੀ ਤੇ ਫੇਰ ਹੁਣ ਅਸਾਮ ਚ ਹੋਇਆ ਤੇ ਫੇਰ ਚੰਡੀਗੜ੍ਹ ਯੂਨੀਵਰਸਿਟੀ ਜਿੱਤੀ ਹੈ ਠੀਕ ਹੈ ਅੱਛਾ ਲਾਈਕ ਲੋਕ ਦੇਖੀਏ ਕਿੰਨੇ ਕੀਤੇ ਤੁਸੀਂ ਕਿਉਂਕਿ ਕਹਿਣ ਤੋਂ ਬਾਅਦ ਤਾਂ ਤੁਸੀਂ ਕਰਦੇ ਹੋ ਹੈ ਨਾ ਬਿਨਾ ਕਹੇ ਤਾਂ ਕੀਤੇ ਨਹੀਂ ਹੁਣ 1060 ਬੱਚੇ 86 ਬੱਚੇ 555 ਪਤਾ ਕਾ ਚਾਹ ਵਰਗੇ ਤੁਸੀਂ ਲਾਈਕ ਕੀਤੇ ਹੋਏ ਨੇ ਓਏ ਲਾਈਕ ਕਰ ਦੇ ਯਾਰ ਇੱਕ ਵਾਰ ਐ ਨਾ ਕਰ ਲਾਈਕ ਕਰ ਦੋ ਚਲੋ ਤਾਂ ਇਹ ਇਹਦੀ ਮਾਸਕੋਟ ਹੈ ਧਿਆਨ ਰੱਖਣਾ ਜੀ ਇੱਕ ਇੱਕ ਚੀਜ਼ ਅਸ਼ਟਲక్ష్ਮੀ ਕੀ ਨਾਇਦਾ ਮਾਸਕੋਟ ਦਾ ਅਸ਼ਟਲక్ష్ਮੀ ਇੱਕ ਮਾਸਕੋਟ ਹੈ ਇਹ ਕੌਣ ਹੈ ਕਿ तितਲੀ ਹੈ ਪਿੱਛੇ ਨਾ ਇਹ ਬਣੇ ਹੋਏ ਖੰਭ ਨੇ ਇਹਦੇ ਠੀਕ ਹੈ ਇੱਕ तितਲੀ ਹੈ ਇਹ ਇਹਨਾਂ ਦਾ ਮੁੱਖ ਮੰਤਰੀ ਹੈ ਮੈਂ ਕੀ ਦੱਸਿਆ ਤਾਂ ਨਾ ਹਿਮੰਤਾ ਬਿਸ਼ਵਾ ਸ਼ਰਮਾ ਇਹ ਧਿਆਨ ਰੱਖਣੀ ਗੱਲ ਹਿਮੰਤਾ ਬਿਸ਼ਵਾਸ਼ ਸ਼ਰਮਾ ਦਾ ਨਾਂ ਹੋ ਜਾਂਦਾ ਹੈ ਜੀ ਟਬਰੋਂ ਲਾਈਕ ਕਰ ਦਿਓ ਕਿਉਂ ਕਿਨੋਂ ਕੋ ਨਹੀਂ ਮਾਨੋ ਕੀ ਲਿਖਿਆ ਬਾਈ ਨੇ ਪਰ ਜੋ ਵੀ ਕੀਤਾ ਉਹ ਥੈਂਕ ਯੂ ਮੇਰੇ ਵੀਰ ਚਲੋ ਤਾਂ ਆਹ ਵੇਖ ਹੁਣ 770 ਮੈਡਲ ਸੀਗੇ ਟੋਟਲ 240 골ਡ 240 ਸਿਲਵਰ ਤੇ 290 ਬ੍ਰੌਂਜ਼ ਮੈਡਲ ਸੀਗੇ 11 ਦਿਨ ਤੱਕ ਇਹ ਖੇਡਾਂ ਚਲੀਆਂ 200 ਤੋਂ ਜ਼ਿਆਦਾ ਭਾਰਤੀ ਯੂਨੀਵਰਸਿਟੀਆਂ ਨੇ ਇਹਦੇ ਵਿੱਚ ਪਾਰਟ ਲਿਆ ਤੇ ਸਾਡੇ 4000 ਐਥਲੀਟਾਂ ਨੇ 20 ਵੱਖ-ਵੱਖ ਸਪੋਰਟਾਂ ਦੇ ਵਿੱਚ ਇਹਦੇ ਵਿੱਚ ਭਾਗ ਲਿਆ ਵੈਰੀ ਵੱਡੀ ਗੱਲ ਹੈ ਵੈਰੀ ਵੱਡੀ ਗੱਲ ਹੈ ਹੁਣ ਕਮਾਲ ਦੀ ਗੱਲ ਦੇਖੋਗੇ ਇੱਕ ਹੁਣ ਨਾ 2021 ਚ ਖੇਡਾਂ ਹੋਈਆਂ ਨਹੀਂ ਕੋਵਿਡ-19 ਕਰਕੇ ਲੇਕਿਨ ਇਹ ਹਜੇ ਵੀ ਇੱਕ ਸਾਲ ਪਿੱਛੇ ਚੱਲੇ ਹੋਏ ਨੇ ਲਿਖਿਆ 8 ਫਰਵਰੀ ਤੋਂ ਸ਼ੁਰੂਆਤ ਹੋਈ ਜੀ ਗੁਹਾਟੀ ਅਸਮ ਤੋਂ ਲੇਕਿਨ ਨਾ ਕਿ ਲਿਖਿਆ ਖੇਲੇ ਇੰਡੀਆ ਯੂਨੀਵਰਸਿਟੀ ਗੇਮ 2023 ਹਜੇ ਵੀ 2023 ਹੀ ਲਿਖਿਆ ਹੋਇਆ ਪਤੰਦਰਾ ਨੇ ਠੀਕ ਹੈ ਸਰ ਕਿਤਾਬ ਆਰਡਰ ਕਰਨੀ ਸੀ ਕਿਦਾਂ ਕਰਨੀ ਬੱਚੇ ਵੀਡੀਓ ਖਤਮ ਹੋਊਗੇ ਨਾ ਜਦੋਂ ਵੀਡੀਓ ਖਤਮ ਹੋਣ ਤੋਂ ਬਾਅਦ ਨਾ ਕਮੈਂਟਾਂ ਚ ਸਾਰੇ ਲਿੰਕ ਲੱਗੇ ਹੋਣਗੇ ਕਰੰਟ ਅਫੇਅਰ ਦੀ ਕਿਤਾਬ ਮੈਥ ਦੀ ਕਿਤਾਬ ਪੰਜਾਬ ਜੀ ਕੇ ਦੀ ਤੁਸੀਂ ਇਕੱਠੀ ਮੰਗਾਣਾ ਚਾਹੁੰਦੇ ਹੋ ਵੀ ਕਰੰਟ ਅਫੇਅਰ ਮੈਥ ਪੰਜਾਬ ਜੀ ਕੇ ਕੰਪਿਊਟਰ ਸਾਰੀ ਮੰਗਾ ਲਈਏ ਪੰਜ ਕਿਤਾਬਾਂ ਚਾਰ ਕਿਤਾਬਾਂ ਤਿੰਨ ਕਿਤਾਬਾਂ ਜਿੱਦਾਂ ਵੀ ਸਾਰਿਆਂ ਦੇ ਲਿੰਕ ਕਮੈਂਟਾਂ 'ਚ ਲੱਗੇ ਹੋਏ ਨੇ ਬਸ ਲਿੰਕ ਤੇ ਕਲਿੱਕ ਕਰਨਾ ਹੈ ਤੇ ਡਿਸਕਾਊਂਟ ਕੋਡ ਭਰਨਾ ਹੈ Y383S ਕਿਉਂਕਿ ਬੱਚਾ ਨੂੰ ਕਈ ਵਾਰ ਈ-ਬੁੱਕ ਨਹੀਂ ਦਿਖਦੀ ਬੱਚਾ ਨੂੰ ਕਈ ਵਾਰ ਵੀਡੀਓ ਲੈਕਚਰ ਨਹੀਂ ਮਿਲਦੇ ਤਾਂ ਹਾਂਜੀ ਅੱਛਾ ਮੈਡਮ ਅੱਛਾ ਮੈਡਮ ਠੀਕ ਹੈ ਬਾਕੀ ਤੁਹਾਨੂੰ ਮੈਡਮ ਦੱਸ ਦੇਣਗੇ ਅੱਜੋ ਮੈਡਮ ਆ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਚੈਨਲ ਤੇ ਦੇਖ ਰਹੇ ਹੋ ਕਿ ਅੱਜ 10 ਵਜੇ ਸਾਰੇ ਜਾਣਿਆਂ ਨੂੰ ਇੱਕ ਅਨਾਉਂਸਮੈਂਟ ਹੈ ਜਿਸ ਤੇ ਤੁਸੀਂ ਸਾਰੇ ਜਾਣਿਆਂ ਨੇ ਆਉਣਾ ਹੈ ਕਿਉਂ ਸਰ ਮੈਂ ਬਿਲਕੁਲ ਬਿਲਕੁਲ ਆਇੰਗੇ ਮੈਡਮ ਮੈਂ ਸਾਥ ਲੈ ਕੇ ਆਉਂਗਾ ਐਵੇਂ ਕਰਨਾ ਸਰ ਇਹਨਾਂ ਨੂੰ ਤੁਸੀਂ ਨਾਲ ਲੈ ਕੇ ਆਉਣਾ ਬਸ ਜਿਵੇਂ ਨਾ ਆਪਾਂ ਬੱਸ ਭਰ ਲਈ ਬਿਆਹ ਤੇ ਚੱਲਦੇ ਹੁੰਦੇ ਨੇ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਉਹ ਰੀਅਲ ਰੇਸ ਹੁੰਦੀ ਹੈ ਨਾ ਉਹ ਫੜਾ ਦਿੰਦੇ ਨੇ ਲੈ ਕੇ ਆਉਣਾ ਬਸ ਉਹ ਲੈ ਕੇ ਆਉਣਾ ਚਲੋ ਠੀਕ ਹੈ ਸਰ ਕੰਟੀਨਿਊ ਕਰੋ ওকে ਚਲੋ ਅੱਛਾ ਕੀ ਗੱਲ ਕਰ ਰਹੇ ਸੀ ਆਪਾਂ ਹਾਂਜੀ ਉਹੀ ਚਲ ਇਹ ਵੀ ਠੀਕ ਹੈ ਚਲੋ ਅੱਗੇ ਚੱਲਦੇ ਆਪਾਂ ਹਾਂਜੀ ਤੇ ਹੁਣ ਇਹ ਇੰਪੋਰਟੈਂਟ ਸਵਾਲ ਬਣੀ ਜਾਂਦਾ ਜੀ ਬੈਸਟ ਤੈਰਾਕ ਕੌਣ ਰਹਾ ਹੈ ਨਾ ਬੈਸਟ ਮੁੰਡਾ ਤੈਰਾਕ ਬੈਸਟ ਕੁੜੀ ਤੈਰਾਕ ਤਾਂ ਮੁੰਡੇ ਦੀ ਕੁੜੀ ਦੀ ਗੱਲ ਕਰਦੇ ਆਂ ਜੀ ਪ੍ਰਤਿਆਸਾ ਰੇ ਉਤਕਲ ਯੂਨੀਵਰਸਿਟੀ ਤੋਂ ਬਿਲੋਂਗ ਕਰਦੀ ਹੈ ਤਾਂ ਜੀ ਕੁੜੀ ਨਿਕੋਲ 4 골ਡ 1 ਸਿਲਵਰ ਤੇ 1 ਬ੍ਰੌਂਜ਼ ਮੈਡਲ ਆਇਆ ਜੀ 4 골ਡ 1 ਸਿਲਵਰ ਤੇ 1 ਬ੍ਰੌਂਜ਼ ਉਦਾਂ ਹੀ ਸਭ ਤੋਂ ਕੈਂਟ ਮੁੰਡਾ ਤੈਰਾਕ ਦੀ ਆਪਾਂ ਗੱਲ ਕਰ ਲਈਏ ਤਾਂ ਜੈਨ ਯੂਨੀਵਰਸਿਟੀ ਉਹੀ ਜਿਹੜੀ ਦੂਜਾ ਖੇਡ ਉਹ ਇੰਡੀਆ ਜਿੱਤੀ ਸੀ ਉਹਦਾ ਜੇਵੀਅਰ ਮਾਈਕਲ ਡਿਸੂਜਾ ਇਹ ਵੀ ਬੱਚੋ ਚਾਰ 골ਡ ਮੈਡਲ ਲੈ ਕੇ ਆਇਆ ਤਾਂ ਦੋਨੋਂ ਦੀ ਆਪਾਂ ਗੱਲਬਾਤ ਆਪਾਂ ਧਿਆਨ 'ਚ ਰੱਖਾਂਗੇ ਠੀਕ ਹੈ ਜੀ ਦੋਨੋਂ ਦੀ ਆਪਾਂ ਗੱਲਬਾਤ ਧਿਆਨ 'ਚ ਰੱਖਾਂਗੇ ਪ੍ਰਤਿਆਸਾ ਬੀਬੀ ਤੇ ਡਿਸੂਜਾ ਮੇਰਾ ਵੀਰ ਠੀਕ ਹੈ ਜੀ ਧਿਆਨ ਰੱਖਣੀ ਗੱਲ ਤੇ ਚਲੋ ਅੱਗੇ ਚਲਦੇ ਹਾਂ ਫਿਰ ਤੇ ਹਾਂ ਆ ਵੇਖੋ ਪਹਿਲੀ ਵਾਰ ਹੋਇਆ ਕਿ ਨਾਰਥ ਈਸਟ ਵਿੱਚ ਹੋਈ ਹੈ ਮੈਂ ਜਿੱਦਾਂ ਕਿਹਾ ਕਿ ਅਸਮ ਵਿੱਚ ਹੋਈ ਹੈ ਵੈਸੇ ਤਾਂ ਲੇਕਿਨ ਇਹਨਾਂ ਨੇ ਬਾਕੀ ਨੂੰ ਵੀ ਵੰਡਤਾ ਕੁਝ-ਕੁਝ ਕਹਿੰਦੇ ਜੀ ਕੁਸ਼ਤੀ ਕਹਿੰਦੇ ਰੁਣਾਚਲ ਵਾਲੇ ਤੁਸੀਂ ਕਰਾ ਲਓ ਤੀਰ ਅੰਦਾਜ਼ੀ ਕਹਿੰਦੇ ਤ੍ਰਿਪੁਰਾ ਵਾਲੇ ਤੁਰੀ ਤੁਸੀਂ ਕਰਾ ਲਓ ਕਹਿੰਦੇ ਤੁਹਾਡੇ ਨਾਮ ਵਿੱਚ ਵੀ ਤੀਰ ਆਉਂਦਾ ਹੈ ਤੇ ਤੁਹਾਡਾ ਨਾਂ ਵੀ ਤ੍ਰੀ ਹੈ ਤੀਰ ਅੰਦਾਜ਼ੀ ਤ੍ਰਿਪੁਰਾ ਚ ਕਰਾ ਲਓ ਹੈਨਾ ਯਾਦ ਕਰਨ ਨੂੰ ਵੀ ਸੌਖਾ ਹੋ ਗਿਆ ਫੁੱਟਬਾਲ ਕਹਿੰਦੇ ਮਿਜ਼ੋਰਮ ਚ ਕਰਾ ਲਓ ਮੁੱਕੇ ਬਾਜੀ ਕਹਿੰਦੇ ਸਿੱਕਮ ਚ ਕਰਾ ਲਓ ਕੁਸ਼ਤੀ ਕਹਿੰਦੇ ਨਾਗਾ لینڈ ਚ ਕਰਾ ਲਓ ਤੇ ਤ੍ਰਿਪੁਰਾ ਫੇਰ ਰਹਿ ਗਿਆ ਤ੍ਰਿਪੁਰਾ ਨੂੰ ਕਹਿੰਦੇ ਚਲ ਤੂੰ ਇੱਕ ਹੋਰ ਚੱਕ ਤੂੰ ਯੋਗਾਸਣ ਵੀ ਕਰਾ ਲਈ ਤਾਂ ਇਹ ਸਾਰੀਆਂ ਗੱਲਾਂ ਧਿਆਨ ਰੱਖਣੇ ਸਾਡੇ ਪਿੰਡ ਤੋਂ ਵੀ 골ਡ ਲੈ ਕੇ ਆਇਓ ਲੈ ਪੰਜਾਬ ਨੂੰ ਬਹੁਤ 골ਡ ਲੱਗਦੇ ਨੇ ਕਮਾਲ ਦੀ ਗੱਲ ਆ ਯਾਰ ਮਤਲਬ ਸ਼ਾਇਦ ਤੁਸੀਂ ਏਸ਼ੀਅਨ ਗੇਮਸ ਨਹੀਂ ਪੜ੍ਹੇ ਸ਼ਾਇਦ ਤੁਮ ਏਸ਼ੀਅਨ ਗੇਮਸ ਨਹੀਂ ਪੜਾ ਏਸ਼ੀਅਨ ਗੇਮਸ ਵੇਲੇ ਪ੍ਰੋਪਰ ਸੂਰਮਾ 2 ਦੇ ਵਿੱਚ ਇੱਕ ਟੌਪਿਕ ਹੈ ਪੰਜਾਬੀ ਦੀ ਨੇਸ਼ਨ ਗੇਮਸ ਕਿਉਂਕਿ 107 ਮੈਡਲ ਆਏ ਹੋਏ ਨੇ ਭਾਰਤ ਦੇ 골ਡ ਉਹਨਾਂ ਵਿੱਚੋਂ 8 ਇਸ ਆਮ ਨਾਟ ਰੌਂਗ ਭੁੱਲ ਰਿਹਾ ਮੈਂ ਹਲਕਾ ਹਲਕਾ 20 27 22 ਮੈਂ ਹਸ਼ਟਾਜ ਮੇਰੀ ਯਾਦਦਾਸ਼ਤ ਥੋੜੀ ਉਦਾਂ ਦੀ ਹੋ ਗਈ ਹੈ 27 22 골ਡ ਨੇ ਆਏ ਨੇ ਸਾਡੇ ਉਹਨਾਂ ਵਿੱਚੋਂ 7 ਪਤਾ ਨਹੀਂ 8 골ਡ ਮੈਡਲ ਕੱਲੇ ਪੰਜਾਬ ਦੇ ਨੇ ਕਮਾਲ ਦੀ ਗੱਲ ਹੈ ਯਾਰ ਮੈਨੂੰ ਲੱਗਦਾ ਪੜਦੇ ਨਹੀਂ ਤੁਸੀਂ ਹੈਨਾ ਇੱਕ ਥਾਂ ਨਹੀਂ ਮਿਲੀ ਸੂਰਮਾ 3 ਨਾਲ ਸੂਰਮਾ 2 ਫ੍ਰੀ ਹੈ ਈ-ਬੁੱਕ ਉਹਦੀ ਉਹਦੇ 'ਚ ਹੈ ਪ੍ਰੋਪਰ ਇੱਕ ਟੌਪਿਕ ਪੰਜਾਬੀ ਦੀ ਨੇਸ਼ਨਲ ਗੇਮ ਕਿਹਨੇ ਕਿਹਨੇ 골ਡ ਜਿੱਤੇ ਕਿਹਨੇ ਕਿਹਨੇ ਸਿਲਵਰ ਜਿੱਤਿਆ ਕਿਹਨੇ ਕਿਹਨੇ ਬ੍ਰੌਂਜ਼ ਜਿੱਤਿਆ ਤੇ ਇਹ ਕਿੱਥੋਂ ਬਿਲੋਂਗ ਕਰਦੇ ਨੇ ਕਿਹੜੇ ਖੇਡ ਚ ਬਿਲੋਂਗ ਕਰਦੇ ਨੇ ਸਭ ਕੁਝ ਓਹ ਵਾਹ ਗੁਰੂ ਚਲੋ ਅਗਲਾ ਚਲਦੇ ਹਾਂ ਤਾਂ ਆ ਵੇਖੋ ਉਹ ਦੇਖਿਆ ਹੋਣਾ ਤੁਸੀਂ ਸੁਣਿਆ ਹੋਣਾ ਕਿ ਅਕਸਰ ਸੁਣਿਆ ਹੋਣਾ ਵੀ ਕਹਿੰਦੇ ਦੋਸਤ ਦਾ ਦੋਸਤ ਮਤਲਬ ਸੌਰੀ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ ਹੈ ਨਾ ਤਾਂ ਈਰਾਨ ਕਰਕੇ ਇੱਕ ਦੇਸ਼ ਹੈ ਈਰਾਨ ਅਸੀਂ ਦੇਖਿਆ ਜੀ ਬਲੈਕ ਲਿਸਟ ਵਿੱਚ ਸਿਰਫ ਤਿੰਨ ਕੰਟਰੀਆਂ ਨੇ ਹੈ ਨਾ ਨਾਰਥ ਕੋਰੀਆ ਮਿਆਂਮਾਰ ਤੇ ਈਰਾਨ ਹੁਣ ਈਰਾਨ ਉੱਤੇ ਉਹ ਯੂ ਐਸ ਨੇ ਸੈਂਕਸ਼ਨ ਲਾਏ ਹੋਣੇ ਪਾਬੰਦੀਆਂ ਲਾਈਆਂ ਹੋਈਆਂ ਨੇ ਤਾਂ ਉਹਦੇ ਕਰਕੇ ਬਾਕੀ ਕੰਟਰੀਆਂ ਦਾ ਗੱਲਬਾਤ ਨਹੀਂ ਕਰਦੀ ਉਹਨਾਂ ਦੀ ਟ੍ਰੇਡ ਰੂਟ ਨਹੀਂ ਹੁੰਦੀ ਉਹਨਾਂ ਦਾ ਬਿジネス ਨਹੀਂ ਹੁੰਦਾ ਬਿジネス ਮਤਲਬ ਕਿ ਤੰਦਾਨੀ ਚੱਲਦਾ ਹੁਣ ਰਸ਼ੀਆ ਨੂੰ ਪਤਾ ਰਸ਼ੀਆ ਦਾ ਦੁਸ਼ਮਣ ਯੂ ਐਸ ਹੈ ਯੂ ਐਸ ਦਾ ਦੁਸ਼ਮਣ ਈਰਾਨ ਰਸ਼ੀਆ ਕਹਿੰਦਾ ਆ ਜਾ ਤਾਂ ਈਰਾਨ ਨੇ ਲਾਂਚ ਕੀਤੀ ਆਪਣੀ ਇੱਕ ਸੈਟਲਾਈਟ ਪਰਸ ਇੱਕ ਕਿੱਥੋਂ ਕੀਤੀ ਰਸ਼ੀਆ ਤੋਂ ਕੀਤੀ ਆ ਵੇਖੋ ਰਸ਼ੀਆ ਦਾ ਝੰਡਾ ਲੱਗੇ ਹੋਇਆ ਜੇ ਕਿਸੇ ਨੂੰ ਥੋੜਾ ਜਿਹਾ ਮੱਧਮ ਜਿਹਾ ਦਿਖ ਰਿਹਾ ਹੋਵੇ ਤਾਂ ਰਸ਼ੀਆ ਦੇ ਤਾਂ ਆ ਵੇਖੋ ਜੀ ਤਾਂ ਜੀ ਈਰਾਨ ਨੇ ਸਪੇਸ ਐਕਸਪਲੋਰੇਸ਼ਨ ਲਈ ਆਪਣੀ ਇੱਕ ਸੈਟੇਲਾਈਟ ਭੇਜੀ ਹੈ ਨਾ ਕਿ ਉਹਦਾ ਪਾਰਸ 1 ਹੈ ਕਿੱਥੋਂ ਭੇਜੀ ਹੈ ਰਸ਼ੀਆ ਵੱਲੋਂ ਵੋਸਟੋਕਨੀ ਕੋਸਮੋਡਰਮ ਚੋਂ ਜਸ ਮਚਾਉਣਾ ਕਿਸੇ ਦਾ ਨਾ ਹੋਵੇ ਨਾ ਮਤਲਬ ਜੇ ਕੋਈ ਹੋਵੇ ਕਿ ਮਚਾਉਣਾ ਮਚਾਉਣਾ ਸੁਣ ਕੇ ਤੁਹਾਡੇ ਦਿਮਾਗ 'ਚ ਕੀ ਆਂਦਾ ਹੋਵੇ ਤਾਂ ਰਸ਼ੀਆ ਆਊਗਾ ਯੂਐਸਏ ਪਾਬੰਦੀਆਂ ਲਾ ਰਿਹਾ ਰਸ਼ੀਆ ਕਰ ਰ ਮੈਂ ਮੈਂ ਕਰੇਗਾ ਤੇਰੀ ਹੈਲਪ ਮੈਂ ਤਾਂ ਦੀਪ ਹੋਗਾ ਪੀਡੀਫ ਬੱਚੇ ਟੈਲੀਗ੍ਰਾਮ ਤੇ ਮਿਲ ਜਾਂਦੀ ਯਾਰ ਬੱਚੇ ਦੱਸ ਦਿਆ ਕਰੋ ਯਾਰ ਚਲੋ ਤਾਂ ਆ ਦੇਖੋ ਡਿਟੇਲ ਹੈ ਇਹਦੇ ਬਾਰੇ ਤਾਂ ਜੀ ਪਰਸ ਇੱਕ ਸੈਟਲਾਈਟ ਹੈ ਕਿੱਥੋਂ ਭੇਜੀ ਬਸਟੋਕ ਨੇ ਕੋਸਮੋਡਰਮ ਰਸ਼ੀਆ ਤੋਂ ਭੇਜੀ ਹੈ 500 ਕਿਲੋਮੀਟਰ ਦੀ ਹਾਈਟ ਤੇ ਇਹ ਜਾਊਗੀ ਤੇ ਹੈ ਕਿ ਇਹ ਇੱਕ ਰਿਮੋਟ ਸੈਂਸਿੰਗ ਤੇ ਇਮੇਜਿੰਗ ਸੈਟਲਾਈਟ ਹੈ ਵੀ ਈਰਾਨ ਦੀ ਟੋਪੋਗ੍ਰਾਫੀ ਨੂੰ ਸਕੈਨ ਕਰਨ ਤੇ ਕੇਂਦਰਿਤ ਹੈ ਵੀ ਯਾਰ ਜਿੱਦਾਂ ਆਪਾਂ ਦੱਸਦੇ ਹਾਂ ਕਿ ਇੱਥੇ ਪਹਾੜ ਨੇ ਇੱਥੇ ਪਲੇਟੂ ਹੈ ਇੱਥੇ ਨਦੀ ਹੈ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਈਰਾਨ ਦੀ ਚੈਕਿੰਗ ਕਰੂਗੀ ਹੈ ਵੀ ਅੱਛਾ ਇੱਥੇ ਪਹਾੜ ਨੇ ਇੱਥੇ ਨਦੀਆਂ ਹੈ ਉਹ ਸਾਰਾ ਹਿਸਾਬ ਕਿਤਾਬ ਉਹਨੂੰ ਸਕੈਨ ਕਰੂਗੀ ਇਹ ਕੰਮ ਹੈ ਅੱਛਾ ਈਰਾਨ ਦੇ ਰਾਸ਼ਟਰਪਤੀ ਅੱਛਾ ਈਰਾਨ ਰਾਸ਼ਟਰਪਤੀ ਮੈਂ ਮਹੰਗਾ ਮਹੰਗਾ ਕਹਿ ਰਹਾ ਮੈਂ ਔਖਾ ਹੋ ਗਿਆ ਈਰਾਨ ਦੀ ਕੈਪੀਟਲ ਦੱਸ ਦਿਓ ਇੱਕ ਵਾਰ ਬਤਾ ਧੰਨਵਾਦ ਮੇਰੇ ਵੀਰ yogesh jaswinder singh ਆ ਕੀ ਹੈ ਤਨੀ ਕੀ ਬਣਾਤਾ ਜਸਵਿੰਦਰ ਨੇ ਚਲੋ ਦੱਸੋ ਫਟਾਫਟ ਈਰਾਨ ਦੀ ਕੈਪੀਟਲ ਵਸਤ ਕੈਪੀਟਲ ਆਫ ਈਰਾਨ कल मेरी गल हुई भाई एक अंग्रेज तो ता ऑफिस दी वो गल है ओ ता एक फ्रेंड आ ता ओदा कुछ पता नहीं ਕੀ ਸੀਗਾ ਕਾਲਜ ਦਾ ਕੁਝ ਚੱਲਦਾ ਸੀਗਾ ਉਹ ਬਾਹਰੋਂ ਕਰਕੇ ਆਇਆ ਸੀਗਾ ਪਲੇਜ ਉਹ ਸਾਲ ਦਾ ਬੀਟਾ ਕੀਤੀ ਹੋਈ ਉਹਨੇ ਤੇ ਲਾਸਟ ਇਅਰ ਉਹਨੇ ਬਾਹਰ ਲਾਇਆ ਸੀ ਆ ਕਹਿੰਦਾ ਗੋਰਨ ਨੂੰ ਥੋੜੀ ਪਤ ਲੱਗਣਾ ਕੌਣ ਗੱਲ ਕਰ ਰਿਹਾ ਕਹਿੰਦੇ ਮੈਸ ਨੂੰ ਇਹ ਪੁੱਛਣੀ ਵੀ ਡਿਗਰੀ ਕਿੱਥੋਂ ਆਉਗੀ ਮੇਰੀ ਤਾਂ بھائی ਯਾਰ ਉਹ ਟੀਵੀ ਦੇਖਣਾ ਕੁਝ ਹੋਰ ਗੱਲ ਹੈ ਟੀਵੀ ਤੇ ਪਿਕਚਰਾਂ ਦੇਖਣਾ ਕੁਝ ਹੋਰ ਗੱਲ ਹੈ ਕਿਉਂਕਿ ਥੱਲੇ ਚੱਲਦੇ ਨੇ ਸਬਟਾਈਟਲ ਤੇ ਜਦੋਂ ਅਸਲ 'ਚ ਗੱਲ ਕਰਨੀ ਪੈ ਜਾਵੇ ਮੈਂ ਕੈਨ ਯੂ ਕਾਮ अगेन ਸੌਰੀ ਪਾਡਨ ਮੈਂ ਭਾਈ ਇਹੀ ਕਰੀ ਗਿਆ 7-8 ਬਾਰ ਉਹਨੇ ਬਸ ਇੰਨੀ ਗੱਲ ਕਹੀ ਸੀ ਕਿ ਆਪਣਾ ਈਮੇਲ ਆਈਡੀ ਤੁਸੀਂ ਇਸ ਈਮੇਲ ਉੱਤੇ ਮਤਲਬ ਇਸ ਈਮੇਲ ਉੱਤੇ ਤੁਸੀਂ ਇਹ ਵਾਲੀ ਸਾਰੀ ਚੀਜ਼ਾਂ ਲਿਖ ਕੇ ਈਮੇਲ ਭੇਜ ਦਿਓ ਤੇ ਜਿਹੜੀ ਉਹਨੇ ਡਿਟੇਲਾਂ ਲਿਖਣੀਆਂ ਸੀ ਨਾ ਮਤਲਬ ਦੱਸੀ ਸੀ ਕਿ ਆਪਣਾ ਨਾਂ ਆਪਣੇ ਫਾਦਰ ਸਾਹਿਬ ਦਾ ਨਾਂ ਬੇਬੇ ਦਾ ਨਾਂ ਆਪਣਾ ਰੋਲ ਨੰਬਰ ਐਡਮਿਸ਼ਨ ਨੰਬਰ ਆਪਣਾ ਵੀਜ਼ਾ ਨੰਬਰ ਆਪਣਾ ਪਾਸਪੋਰਟ ਨੰਬਰ ਉਹ ਸਾਰੀਆਂ ਚੀਜ਼ਾਂ ਬਸ ਉਹਦੇ 'ਚ ਮੈਂ ਹੋ ਗਿਆ ਥੋੜਾ ਜਿਹਾ ਮੈਂ ਕਹੂੰ ਸਾਨੂੰ ਲੱਗਦਾ ਸਾਨੂੰ ਅੰਗਰੇਜ਼ੀ ਬਹੁਤ ਆਉਂਦੀ ਹੈ ਲੇਕਿਨ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਮਜ਼ਾਕ ਵਾਲੀ ਗੱਲ ਨਹੀਂ ਜਿਹੜਾ ਤੁਹਾਡੇ ਵਿੱਚੋਂ ਹੈ ਕੋਈ ਸਾਨੂੰ ਲੱਗਦਾ ਬਹੁਤ ਹੈ ਸਾਨੂੰ ਆਉਂਦੀ ਅੰਗਰੇਜ਼ੀ ਲੇਕਿਨ ਸਾਨੂੰ ਅੰਗਰੇਜ਼ੀ ਸੱਚੀ ਨਹੀਂ ਆਉਂਦੀ ਕਿਸੇ ਗੋਰੇ ਨਾਲ ਗੱਲ ਕਰਕੇ ਦੇਖੋ ਥੱਲੇ ਬਹਿ ਜਾਓਗੇ ਤੁਸੀਂ ਖਾਸ ਕਰ ਫੋਨ ਤੇ ਖਾਸ ਕਰ ਫੋਨ ਤੇ ਆਮੋ ਸਾਹਮਣੇ ਦਾ ਫੇਰ ਕਰ ਲੋ ਤੇ ਲੈ ਤਾਂ ਬਿਲਕੁਲ ਠੀਕ ਹੈ ਜੀ ਤਹਿਰਾਨ ਹੋ ਜਾਂਦੀ ਹੈ ਜੀ ਕੈਪੀਟਲ ਤਾਂ ਜੀ ਆ ਦੇਖੋ ਜੀ ਕੈਪੀਟਲ ਤਹਿਰਾਨ ਹੈ ਇਹਨਾਂ ਦੀ ਪਾ ਫਾਰਸੀ ਭਾਸ਼ਾ ਬੋਲੀ ਜਾਂਦੀ ਹੈ ਤੇ ਇਹਨਾਂ ਦਾ ਰਾਸ਼ਟਰਪਤੀ ਕੌਣ ਇਬਰਾਹਿਮ ਰਈਸੀ ਚਲੋ ਸਰ ਤੁਸੀਂ ਲਿਸਨਿੰਗ ਦੀ ਪ੍ਰੈਕਟਿਸ ਕਰੋ ਮੈਂ ਵੀ ਆਇਲਟਸ ਨੇ ਦੇਣਾ ਮੈਂ ਕੀ ਕਰਨਾ ਯਾਰ ਚਲੋ ਅਗਲਾ ਅਯੁੱਧਿਆ ਚ ਰਾਮਚੰਦਰਮ ਭੂਮੀ ਸਥਾਨ ਦੀ ਖੁਦਾਈ ਕਰਨ ਵਾਲੇ ਟੀਮ ਦਾ ਹਿੱਸਾ ਰਹੇ ਆਰਕੀਓਲੋਜੀਸਟ ਵਿਗਿਆਨੀ ਅਰुण कुमार ਸ਼ਰਮਾ ਦਾ 90 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਤਾਂ ਜਦੋਂ ਬਾਬਰੀ ਮਸਜਿਦ ਢਾਈ ਗਈ ਸੀਗੀ ਹੈਨਾ 1992 93 ਚ ਢਾਤੀ ਸੀ ਉਹ ਤੋਂ 10 ਸਾਲਾਂ ਬਾਅਦ ਲਾਹੌਰ ਹਾਈ ਕੋਰਟ ਨੇ ਕਿਹਾ ਅਰਕੀਓਲੋਜੀਕਲ ਸਰਵੇ ਆਫ ਇੰਡੀਆ ਨਾਲ ਨੂੰ ਕਿ ਜਾਓ ਦੇਖ ਕੇ ਆਓ ਸਿਗਾ ਵੀ ਥੱਲੇ ਕੋਈ ਮੰਦਿਰ-ਮੁੰਦਿਰ ਕਿ ਨਹੀਂ ਤਾਂ ਆਹ ਦੇਖ ਰਹੇ ਹੋ ਤੁਸੀਂ ਆਹ ਜਿਹੜਾ ਤੁਸੀਂ ਦੇਖ ਰਹੋ ਪਿਲਰ ਮੈਂ ਤੇ ਵੀਡੀਓ ਬਣਾਈ ਸੀ ਕਿ ਪ੍ਰੋਪਰ ਵੈਸੇ ਤਾਂ ਤਾਂ ਇਹ ਪਿਲਰ ਦੇ ਉੱਤੇ ਕਾਫੀ ਸਾਰੇ Hindu ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਸੀਗੀਆਂ ਤੇ ਓਬਵੀਅਸ ਜੀ ਗੱਲ ਹੈ ਕਿ ਕਿਸੇ ਮਸਜਿਦ ਦੇ ਵਿੱਚ ਤੁਸੀਂ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਹੈਨਾ ਸ਼ਿਵ ਭਗਵਾਨ ਦੀ ਦੁਰਗਾ ਮਾਤਾ ਦੀ ਮੂਰਤੀ ਤਾਂ ਬਣਾਉਂਗੇ ਨਹੀਂ ਤਾਂ ਇਹ ਜ਼ਰੂਰ ਪਤਾ ਲੱਗਿਆ ਸੀਗਾ ਕਿ ਇਹ ਮੰਦਿਰ ਢਾਕੇ ਮਸਜਿਦ ਤਾਂ ਹੁਣ ਜਿਹੜਾ ਵਾਰਣਸੀ ਗੱਲ ਕਰੀ ਆਪਾਂ ਬਨਾਰਸ ਦੀ ਉੱਥੇ ਕਾਸ਼ੀ ਵਿਸ਼ਵਨਾਥ ਮੰਦਿਰ ਹੈ ਲੋ ਮੈਂ ਤੁਹਾਨੂੰ ਇੱਕ ਫੋਟੋ ਦਿਖਾਣਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਠੀਕ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇੱਕ ਮਿੰਟ ਰੁਕੋ ਇੰਟਰਸਟਿੰਗ ਚੀਜ਼ ਹੈ ਸੁਣ ਕੇ ਦੇਖ ਕੇ ਜਾਓ ਦੋ ਚਾਰ ਲੋਕਾਂ ਨਾਲ ਬਹਿ ਕੇ ਗੱਲ ਕਰੋਗੇ ਗੱਲ ਕਰਨ ਜੋਗੇ ਹੋ ਜਾਓਗੇ ਕਾਸ਼ੀ ਵਿਸ਼ਵਨਾਥ ਗਿਆਨ ਵਾਪੀ ਕਦੇ ਦੇਖਿਆ ਏਦਾਂ ਇਹ ਰਿਹਾ ਮਸਜਿਦ ਇਹ ਰਿਹਾ ਮੰਦਿਰ ਟੱਚ ਇਹ ਮਸਜਿਦ ਹੈ ਇਹ ਮੰਦਿਰ ਹੈ ਹੋਰ ਦਿਖਾਣਾ ਤੁਹਾਨੂੰ ਮੈਂ ਵਾਲ ਹੁਣ ਮੈਂ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਕਿਹੜੇ ਮਸਜਿਦ ਵਿੱਚ ਏਦਾਂ ਦੀ ਆਰਕੀਟੈਕਚਰ ਹੁੰਦੀ ਹੈ ਕਿਹੜੇ ਮਸਜਿਦ ਵਿੱਚ ਏਦਾਂ ਦੀ ਆਰਕੀਟੈਕਚਰ ਹੁੰਦੀ ਹੈ ਹਾਂਜੀ ਐਨੀ ਵਨ ਕਿਹੜੇ ਮਸਜਿਦ ਵਿੱਚ ਤੁਸੀਂ ਐਦਾਂ ਦੀ ਆਰਕੀਟੈਕਚਰ ਦੇਖੀ ਹੈ ਕਿੱਥੇ ਦੇਖੀ ਆਰਕੀਟੈਕਚਰ ਆਪਾਂ ਇਹ ਪਿਲਰ 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 ਆਪਾਂ ਕਿੱਥੇ ਦੇਖੇ ਨੇ ਕਿੱਥੇ ਹੁੰਦੇ ਨੇ ਇਹ ਮੰਦਿਰ ਵਿੱਚ ਹੁੰਦੇ ਨੇ ਤਾਂ ਇਹਦੇ ਉੱਤੇ ਵੀ ਅਲਹਾਬਾਦ ਹਾਈ ਕੋਰਟ ਵਿੱਚ ਅ ਪਟੀਚੀ ਦਾ ਦਾਇਰ ਹੋ ਚੁੱਕੀ ਆਲਰੇਡੀ ਤੇ ਅਲਹਾਬਾਦ ਹਾਈ ਕੋਰਟ ਨੇ ਅਲਾਓ ਵੀ ਕਰਤਾ ਵੀ Hindu ਪੁਜਾਰੀਆਂ ਨੂੰ ਕਿ ਤੁਸੀਂ ਜਾ ਕੇ ਉੱਥੇ ਅ ਪੂਜਾ ਕਰ ਸਕਦੇ ਹੋ ਹੋਰ ਦਿਖਾਣਾ ਤੁਹਾਨੂੰ ਮੈਂ ਆਈਡਲਸ ਆਫ ਗਣੇਸ਼ਾ ਸ਼ਿਵਲਿੰਗ ਹਨੂਮਾਨ ਇੱਥੋਂ ਜਦੋਂ ਖੁਦਾਈ ਕੀਤੀ ਨਾ ਗਿਆਨਵਾਪੀ ਦੇ ਨਾਲ ਨੇ ਥੋੜੀ ਥੋੜੀ ਜੀ ਥੋੜੀ ਥੋੜੀ ਜੀ ਜਦੋਂ ਖੁਦਾਈ ਕੀਤੀ ਆ ਉਹ ਦੇਖੋ ਆ ਕੀ ਮਿਲਿਆ ਇੱਥੇ ਆ ਗਣੇਸ਼ਾ ਦੀ ਮੂਰਤੀ ਮਿਲੀ ਆ ਥੱਲੋਂ ਹਨੂਮਾਨ ਦੀ ਮੂਰਤੀ ਮਿਲੀ ਆ ਆ ਸ਼ਿਵਲਿੰਗ ਦਾ ਪਾਰਟ ਮਿਲਿਆ ਤਾਂ ਇਹ ਸਾਰੀਆਂ ਚੀਜ਼ਾਂ ਯਾਰ ਸਾਡੇ ਵੀ ਹੈਗਾ ਜੀ ਗੁਰਦੁਆਰਾ ਐਂਡ ਮਸਜਿਦ ਇਹ ਇਹ ਵਾਲੀ ਚੀਜ਼ ਕਰ ਰਹੇ ਆਪਾਂ ਕਸ਼ ਵਿਸ਼ਵਨਾ ਤੇ ਸੈਂਚਰੀਜ਼ 올ਡ ਬਹੁਤ ਬਹੁਤ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਹੈ ਤਾਂ ਅੰਦਰ ਹੁਣ ਖੁਦਾਈ ਕੀਤਾ ਤਾਂ ਇਹ ਸਭ ਮਿਲ ਗਿਆ ਤਾਂ ਹੁਣ ਅਲਹਾਬਾਦ ਹਾਈ ਕੋਰਟ ਨੇ ਵੀ ਅਲਾਉ ਕਰਤਾ Hindu ਪੁਜਾਰੀਆਂ ਨੂੰ ਕਿ ਤੁਸੀਂ ਜਾ ਕੇ ਗਿਆਨਵਾਪੀ ਚ ਜਾ ਕੇ ਤੁਸੀਂ ਉਹ ਪੂਜਾ ਕਰ ਸਕਦੇ ਹੋ ਗਿਆਨਵਾਪੀ ਵਾਲੇ ਪਹੁੰਚ ਕੇ ਸਿੱਧਾ ਸੁਪਰੀਮ ਕੋਰਟ ਅਲਾਹਾਬਾਦ ਨੇ ਦਿੱਤਾ ਸੀ ਆਰਡਰ ਬਟ ਗਿਆਨਵਾਪੀ ਵਾਲੇ ਪਹੁੰਚ ਕੇ ਸੁਪਰੀਮ ਕੋਰਟ ਕਿਹਾ ਕਿ ਇਹਨਾਂ ਦੇ ਆਰਡਰ ਉੱਤੇ ਪਾਬੰਦੀ ਲਾਈ ਜਾਵੇ ਤੇ ਸੁਪਰੀਮ ਕੋਰਟ ਨੇ ਕਿਹਾ ਆਰਡਰ ਕਿਹਨੇ ਦਿੱਤਾ ਕਹਿੰਦੇ ਸਰਾ ਅਲਾਹਾਬਾਦ ਹਾਈ ਕੋਰਟ ਨੇ ਕਹਿੰਦੇ ਪਹਿਲਾਂ ਉਹਨਾਂ ਕੋਲ ਜਾ ਕੇ ਸੁਣ ਕੇ ਆਓ ਕੀ ਕਹਿੰਦੇ ਨੇ ਤਾਂ ਉਹਨਾਂ ਨੇ ਕਿਹਾ ਜਾ ਕੇ ਗਿਆਨਵਾਪੀ ਵਾਲਿਆਂ ਨੇ ਕਿਹਾ ਤੇ ਪਾਬੰਦੀ ਲਾਓ ਉਹਨਾਂ ਨੇ ਕਿਹਾ ਸੀ ਨਹੀਂ ਲਾਂਦੇ ਪਾਬੰਦੀ ਤੇ ਪੂਜਾ ਚੱਲ ਰਹੀ ਹੈ ਠੀਕ ਹੈ ਤੇ ਹੁਣ ਗਿਆਨਵਾਪੀ ਦਾ ਮੁੱਦਾ ਸੁਪਰੀਮ ਕੋਰਟ ਪਹੁੰਚਾ ਹੈ ਜਿੱਦਾਂ ਰਾਮ ਮੰਦਰ ਵਾਲਾ ਮੁੱਦਾ ਸੀਗਾ ਤੇ ਉਦਾਂ ਹੀ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਪ੍ਰੋਪਰ ਇੱਕ ਬੈਂਚ ਬੈਠੋਗੀ ਟਾਈਮ ਲੱਗੂਗਾ ਬੇਜੀ ਗੱਲ ਹੈ ਕਿਉਂਕਿ ਪ੍ਰੂਫ ਕੱਢਣੇ ਪੈਣੇ ਸਾਰੇ ਦੇ ਸਾਰੇ ਜਿੱਦਾਂ ਜਦੋਂ ਰਾਮ ਮੰਦਿਰ ਵਾਲਾ ਮੁੱਦਾ ਸੀਗਾ ਤਾਂ ਜਿਹੜਾ ਮੁਸਲਿਮ ਸਮੁਦਾਇ ਸੀਗਾ ਉਹਨਾਂ ਕੋਲ ਪ੍ਰੂਫ ਨਹੀਂ ਸੀਗੇ ਸੁੰਨੀ ਵਕਫ ਬੋਰਡ ਸੀਗਾ ਮੁਸਲਿਮ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਉਹਨਾਂ ਕੋਲ ਪ੍ਰੂਫ ਨਹੀਂ ਸੀਗੇ ਕਿ ਅਸੀਂ ਇੱਥੇ ਪੂਜਾ ਕਰਦੇ ਰਹੇ ਹਾਂ ਲੇਕਿਨ ਹਿੰਦੂ ਕਮਿਊਨਿਟੀ ਕੋਲ ਪੂਰੇ ਪ੍ਰੂਫ ਸੀਗੇ ਜਿਹੜਾ ਬਾਹਰ ਚਬੂਤਰਾ ਹੈ ਚਬੂਤਰਾ ਜਿਹੜਾ ਡਿਵਾਈਡਰ ਹੋਇਆ ਸੀਗਾ ਉੱਥੇ ਹਮੇਸ਼ਾ ਤੋਂ ਉਹ ਪੂਜਾ ਕਰਦੇ ਰਹੇ ਤਾ ਕਰਕੇ ਤੇ ਉਹਦੇ ਨਾਲ ਰਿਲੇਟਡ ਬਹੁਤ ਸਾਰੇ ਹੋਰ ਵੀ ਤੱਥ ਜੁੜਨ ਤੋਂ ਬਾਅਦ ਇਹ ਰਾਮ ਮੰਦਿਰ ਵਾਲਾ ਫੈਸਲਾ ਸੁਣਾਇਆ ਗਿਆ ਸੀਗਾ ਤੇ ਹੁਣ ਇਹ ਵੀ ਅੱਗੇ ਕਾਫੀ ਵੱਡਾ ਮੁੱਦਾ ਕਹਿ ਸਕਦੇ ਆਪਾਂ ਇੱਕ ਨੈਸ਼ਨਲ ਮੁੱਦਾ ਬਣਨ ਜਾ ਰਿਹਾ ਹੈ ਚਲੋ ਆਓ ਇਧਰ ਧਿਆਨ ਰੱਖਦੇ ਆਂ ਤਾਂ ਜੀ ਉਹਦੀ ਖੁਦਾਈ ਦੀ ਟੀਮ ਦੇ ਇੱਕ ਮੈਂਬਰ ਨੇ ਅਰुण कुमार ਸ਼ਰਮਾ ਤਾਂ ਹੀ ਇੰਪੋਰਟੈਂਟ ਹੈ ਬਹੁਤ ਇਹਨਾਂ ਦਾ ਦੇਹਾਂਤ ਹੋ ਗਿਆ ਤਾਂ ਜੀ ਰੈਨੌਂਡ ਆਰਕੀਓਲੋਜਿਸ ਯਾਨੀ ਕਿ ਪ੍ਰਸਿੱਧ ਪੁਰਾਤੱਤਵ ਵਿਗਿਆਨੀ ਡਾਕਟਰ ਅਰुण कुमार ਸ਼ਰਮਾ ਸਾਹਿਬ ਦਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ 90 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਜਦੋਂ ਰਾਮ ਜਨਮ ਭੂਮੀ ਅਯੁੱਧਿਆ ਦੀ ਸਾਈਟ ਦੀ ਇਹਨਾਂ ਨੇ ਖੁਦਾਈ ਦਾ ਆਰਡਰ ਦਿੱਤਾ ਸੀਗਾ ਸੋ ਅਲਹਾਬਾਦ ਹਾਈ ਕੋਰਟ ਨੇ ਉਦੋਂ ਸਭ ਤੋਂ ਕਹਿੰਦੇ ਸੀਨੀਅਰ ਮੋਸਟ ਟੀਮ ਮੈਂਬਰ ਸੀਗੇ ਇਹ ਉੱਥੇ ਜਾਣ ਵਾਲੇ ਹੈਨਾ ਬਿਲਕੁਲ ਸਰਕਾਸ਼ੀ ਵਿਸ਼ਵਨਾਥ ਮੰਦਿਰ ਉਹੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਸਦਾ ਕੌਰ ਨੇ 골ਡ ਦਿੱਤਾ ਸੀਗਾ ਯਾਰ ਮੈਨੂੰ ਆਈਡੀਆ ਨਹੀਂ ਯਾਰ ਇਹਦੇ ਬਾਰੇ ਆਈਡੀਆ ਨਹੀਂ ਯਾਰ ਸੌਰੀ ਮੈਨੂੰ ਦਿੱਤਾ ਤਾਂ ਸੀ ਕਿਸੇ ਮੰਦਿਰ 'ਚ ਮੈਨੂੰ ਆਈਡੀਆ ਨਹੀਂ ਯਾਰ ਸੌਰੀ ਯਾਰ ਹੈਨਾ ਚਲੋ ਹਾਂ ਤਾਂ ਜੀ ਵਾਜੀ ਇਹੀ ਹੈ ਜੀ ਤਾਂ ਸ਼ਰਮਾ ਸਾਹਿਬ ਨੂੰ ਪਦਮ ਸ਼੍ਰੀ ਵੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀਗਾ ਸਾਲ 2017 ਵਿੱਚ ਬਾਈਸਪਾਸ ਕਾ ਰਾਸ਼ਟਰਪਤੀ ਸਾਡੇ ਸਾਬਕਾ ਭਾਰਤ ਰਤਨ ਅਵਾਰਡੀ ਸਾਡੇ ਪ੍ਰਣਬ ਮੁਖਰਜੀ ਚਲੋ ਅਗਲਾ ਲਓ ਵੀ ਪ੍ਰੋ ਕਬੱਡੀ ਲੀਗ ਵੀ ਪੂਰੀ ਹੋ ਚੁੱਕੀ ਹੈ ਤਾਂ ਜੀ ਪ੍ਰੋ ਕਬੱਡੀ ਲੀਗ ਦੇ ਸੀਜ਼ਨ 10 ਦੇ ਵਿੱਚ ਪੁਨੇਰੀ ਪਲਟਨ ਨੇ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਕਾਸ਼ ਤਿੰਨ ਮਹੀਨੇ ਬਾਅਦ ਮੈਂ ਵੀ ਐਸਾ ਕਾ ਕਿ 8 9 10 11 12 13 14 15 16 17 18 19 20 21 22 23 24 17ਵਾਂ ਸੀਜ਼ਨ ਆਈਪੀਐਲ ਦਾ ਖਤਮ ਹੋ ਚੁੱਕਾ ਹੈ ਤੇ ਆਖਿਰਕਾਰ ਵਿਰਾਟ ਕੋਹਲੀ ਨੇ ਆਈਪੀਐਲ ਦਾ ਟਾਈਟਲ ਜਿੱਤ ਲਿਆ ਤਾਂ ਦੇਖੋ ਜੀ ਪ੍ਰੋ ਕਬੱਡੀ ਲੀਗ ਦਾ 10ਵਾਂ ਸੀਜ਼ਨ ਹੋ ਚੁੱਕਾ ਹੈ ਤੇ ਪੁਨੇਰੀ ਪਲਟਨ ਨੇ ਆਪਣਾ ਪਹਿਲਾ ਟਾਈਟਲ ਜਿੱਤਿਆ ਹੈ ਆਓ ਪੜ੍ਹਦੇ ਹਾਂ ਜੀ ਤਾਂ ਜੀ ਪ੍ਰੋ ਕਬੱਡੀ ਲੀਗ ਪੀਕੇਐਲ ਦੇ 10ਵੇਂ ਐਡੀਸ਼ਨ ਦੀ ਸਮਾਪਤੀ ਪੁਨੇਰੀ ਪਲਟਨ ਨੇ ਹਰਿਆਣਾ ਸਟੀਲਰਸ ਨੂੰ 28-25 ਨਾਲ ਹਰਾ ਕੇ ਆਪਣੀ ਪਹਿਲੀ ਵਾਰ ਚੈਂਪੀਅਨਸ਼ਿਪ ਦੀ ਜਿੱਤ ਹਾਸਲ ਕਰ ਲਈ ਹੈ ਇਹ ਹੋ ਜਾਂਦੇ ਨੇ ਇੰਪੋਰਟੈਂਟ ਜਿਹੇ ਚੀਜ਼ਾਂ ਤੁਹਾਨੂੰ ਪਤਾ ਹੀ ਆ ਜੀ ਪਹਿਲਾਂ ਤਾਂ ਜੇਤੂ ਕੌਣ ਹੈ ਪੁਨੇਰੀ ਪਲਟਨ ਹਾਰਾ ਕੌਣ ਹੈ ਹਰਿਆਣਾ ਸਟੀਲਰ ਬੈਸਟ ਰੇਡਰ ਕੌਣ ਹੈ ਰੇਡਰ ਕੀ ਹੁੰਦਾ ਬੱਚੋ ਮੁੰਡਿਆਂ ਨੂੰ ਪਤਾ ਹੋਣਾ ਕੁੜਿਆਂ ਨੂੰ ਨਹੀਂ ਪਤਾ ਜਿਹੜਾ ਲੈਨ ਕ੍ਰਾਸ ਕਰਕੇ ਜਾਂਦਾ ਨਾ ਕਬੱਡੀ 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 ਕਰਕੇ ਐਂ ਟੱਚ ਕਰਕੇ ਭੱਜਦਾ ਹੈ ਉਹਨੂੰ ਰੇਡਰ ਕਿਹਾ ਜਾਂਦਾ ਹੈ ਤਾਂ ਉਹ ਕੌਣ ਹੈ ਜੀ ਆਸ਼ੂ ਮਲਿਕ ਹੈ ਦਬੰਗ ਦਿੱਲੀ ਦਾ ਬੈਸਟ ਡਿਫੈਂਡਰ ਕੌਣ ਹੈ ਡਿਫੈਂਡਰ ਹੋਵੇ ਕੀ ਉੱਥੋਂ ਰੇਡ ਕਰਨਾ ਹੈ ਇਹਨੇ ਐ ਲੱਤ ਫੜੀ ਕੇ ਲੱਤ ਜਾਣੀ ਨਿੱਤੀ ਨਿੱਖਲਣ ਨਿੱਤਾ ਤਾਂ ਜੀ ਉਹ ਮੁਹੰਮਦ ਰੇਜ਼ਾ ਸ਼ੈਡੂ ਲੋਈ ਹੋਇਆ ਇਮਰਜਿੰਗ ਪਲੇਅਰ ਉੱਭਰਦਾ ਹੋਇਆ ਖਿਡਾਰੀ ਕੀ ਅਗਲੇ 1-2 ਸੀਜ਼ਨ ਦੇ ਵਿੱਚ ਬਹੁਤ ਵਧੀਆ ਕੁਝ ਮਚਾ ਦੂਗਾ ਠੀਕ ਹੈ ਤਾਂ ਜੀ ਯੋਗੇਸ਼ ਦਈਆ ਦਬੰਗ ਦਿੱਲੀ ਤੇ ਮੋਸਟ ਵੈਲਿਊਏਬਲ ਪਲੇਅਰ ਸਭ ਤੋਂ ਜ਼ਿਆਦਾ ਪੁਆਇੰਟ ਜਿੰਨੇ ਇਕ ਤਾ கரੰਟ ਚੈਂਪੀਅਨ ਪੁਨੇਰੀ ਪਲਟਨ ਸਭ ਤੋਂ ਜ਼ਿਆਦਾ ਵਾਰ ਪਟਨਾ ਪਾਇਰੇਟ ਨੇ ਸਭ ਤੋਂ ਪਹਿਲਾ ਟਾਈਟਲ 2014 ਚ ਜੈਪੁਰ ਪ੍ਰਿੰਕ ਪੈਂਥਰ ਤੇ ਇਹਦਾ ਸਲੋਗਨ ਕੀ ਹੈ ਲੇ ਪੋਂਗਾ ਹੈ ਨਾ ਫੋਟੋ ਪੁਰਾਣੀ ਟੀਮ ਤੇ ਲਗਾ ਦਿੱਤੀ ਨਹੀਂ ਯਾਰ ਆਹ ਦੇਖ ਤੂੰ 10 ਅੱਛਾ ਇਹ ਵਾਲੀ ਪੁਰਾਣੀ ਹੈ ਅੱਛਾ ਕੀ ਬਾਤ ਕਰ ਰਹੇ ਹੋ ਆਪ ਕੀ ਬਾਤ ਕਰ ਰਹੇ ਆਪ ਅੱਛਾ ਯਾਦ ਨਹੀਂ ਮੈਨੂੰ ਯਾਰ ਇਹ ਤਾਂ ਨਵਾਂ ਹੀ ਆ ਇਹ ਸ਼ਾਇਦ ਲਾਤੀ ਹੋਣੀ ਪੁਰਾਣੀ ਅੱਛਾ ਆ ਬਾਈ ਤਾਂ ਖੇਡਦਾ ਨਹੀਂ ਨਾ ਹੁਣ ਆ ਬਾਈ ਖੇਡਦਾ ਨਹੀਂ ਨਾ ਹੁਣ ਸ਼ਾਇਦ ਹੈ ਨਾ ਚਲੋ ਅਗਲਾ ਚਲਤੇ ਹਾਂ ਲੈ ਵੀ ਇਹ ਤਾਂ ਬਲਕਿ ਮੈਂ ਲਾਈਵ ਦੇਖਿਆ ਹੋਇਆ ਡਾਂਸ ਮਜ਼ਾਕ ਵਾਲੀ ਗੱਲ ਨਹੀਂ ਆ ਦੇਖ ਰਹੇ ਤੁਸੀਂ ਐ ਬਸ ਐ ਐ ਐ ਕਰਦੇ ਨੇ ਬਹੁਤ ਵਧੀਆ ਪ੍ਰੈਕਟਿਸ ਹੈ ਤੇ ਬਹੁਤ ਵਧੀਆ ਡਾਂਸ ਲੱਗਦਾ ਇਹ ਤਾਂ ਵੈਰੀ ਗੁੱਡ ਯਰ ਮਿਜ਼ੋਰਮ ਚ ਮਨਾਇਆ ਗਿਆ ਚਾਪ ਚਰ ਕੂਟ ਫੈਸਟੀਵਲ ਕੀ ਹੈ ਜੀ ਮਿਜ਼ੋਰਮ ਚ ਮਨਾਇਆ ਗਿਆ ਬੱਚਿਓ ਚਾਪਚਰ ਕੂਟ ਫੈਸਟੀਵਲ ਵੈਰੀ ਇੰਪੋਰਟੈਂਟ ਪੜ੍ਹਦੇ ਆਂ ਇਹਦੇ ਬਾਰੇ ਤਾਂ ਜੀ ਕਿਹਾ ਜਾਂਦਾ ਹੈ ਮਿਜ਼ੋਰਮ ਦਾ ਸਭ ਤੋਂ ਵੱਡਾ ਸਭ ਤੋਂ ਭਵệ ਕਹ ਲਓ ਤੁਸੀਂ ਸਭ ਤੋਂ ਗ੍ਰੈਂਡ ਫੈਸਟੀਵਲ ਹੁੰਦਾ ਹੈ ਜੀ ਚਾਪਚਰ ਕੂਟੇ ਠੀਕ ਹੈ ਇਕਤਾ ਨੂੰ ਖੁਸ਼ੀ ਨੂੰ ਹਰਸ਼ੋ ਲਾਸ ਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਜਾਂਦਾ ਮਤਲਬ ਬੇਸਿਕ ਜੀ ਗੱਲ ਹੈ ਫੈਸਟੀਵਲ ਹੁੰਦੇ ਹੀ ਖੁਸ਼ੀ ਲਈ ਨੇ ਤਾਂ ਉਹ ਹੈ ਜੀ ਚਾਪਚਰ ਕੂਟ ਮਿਜ਼ੋਰਮ ਦਾ ਸਵਾਲ ਕੁਐਸਚਨ ਕੌਣ ਹੈ ਮਿਜ਼ੋਰਮ ਦਾ ਮੁੱਖ ਮੰਤਰੀ ਸ਼ਾਬਾਸ਼ ਸਰ ਲਾਸਟ ਤੇ ਤੁਸੀਂ ਥੋੜਾ ਜਿਹਾ ਗਾਈਡਸ ਕਰ ਸਕਦੇ ਹੋ ਪਲੀਜ਼ கரنٹ ਅਫੇਅਰ ਦੇ ਨੋਟਸ ਪੀਡੀਐਫ ਤੋਂ ਬਣਾਇਆ ਹੈ ਕਲਾਸ ਦੇ ਵਿੱਚ ਬੱਚੇ ਵੀ ਤਾਂ ਮੈਂ ਬਹੁਤ ਵਾਰੀ ਕਲੀਅਰ ਪਹਿਲਾਂ ਹੀ ਕੀਤੀ ਹੋਈ ਹੈ ਗੱਲ ਇਹ ਤਾਂ ਮੈਂ ਪਹਿਲਾਂ ਹੀ ਕਲੀਅਰ ਕੀਤੀ ਹੋਈ ਹੈ ਬੱਚੋ ਕਿ ਕਲਾਸ ਚਲਦੀ ਚਲਦੇ ਕਦੇ ਵੀ ਨੋਟਸ ਨਹੀਂ ਬਣਾਣੇ ਨੋਟਸ ਹਮੇਸ਼ਾ ਹੀ ਤੁਸੀਂ ਕਲਾਸ ਤੋਂ ਬਾਅਦ ਪੀਡੀਐਫ ਤੋਂ ਦੇਖ ਕੇ ਬਣਾਓ ਸ਼ਾਬਾਸ਼ ਇਕ ਮਿੰਟ ਮੇਟਰੋ ਚਲੋ ਹਾਂਜੀ ਤਾਂ ਮਿਜ਼ੁਰਮ ਦਾ ਕਪਤਾਨ ਕਹਿ ਰਿਹਾ ਮੈਂ ਮੁੱਖ ਮੰਤਰੀ ਬਿਲਕੁਲ ਠੀਕ ਹੈ ਜੀ ਨਵੇਂ ਬਣੇ ਨੇ ਜੀ ਲਾਲਡੂ ਹੋਮਾ ਸਾਹਿਬ ਉਹਨਾਂ ਦੀ ਆਪਣੀ ਪਾਰਟੀ ਹੈ ਜ਼ੋਰਮ ਪੀਪਲ ਮੂਵਮੈਂਟ ਤੇ ਇਹਨਾਂ ਦੇ ਗਵਰਨਰ ਦਾ ਨਾਂ ਹੋ ਜਾਂਦਾ ਹੈ ਹਰੀ ਬਾਬੂ ਕਮ ਭਮਪਤੀ ਠੀਕ ਹੈ ਹਰੀ ਬਾਬੂ ਕਮ ਭਮਪਤੀ ਗੱਲ ਰੱਖਾਂਗੇ ਧਿਆਨ ਆਪਾਂ ਚਲੋ ਅਗਲਾ ਚਲੋ ਹੁਣ ਤਵਾਲੂ ਕਰਕੇ ਕੰਟਰੀ ਹੈ ਜੀ ਤਵਾਲੂ ਕਰਕੇ ਜਿਹੜੀ ਕੰਟਰੀ ਹੈ ਇਹਨੇ ਆਪਣਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਤਾ ਕਿਹਨੂੰ ਫਿਲੇਟੀ ਟਿਓ ਨੂੰ ਕਿਹਨੂੰ ਕੀਤਾ ਨਿਯੁਕਤ ਆਪਣਾ ਫਿਲੇਟੀ ਤੇ ਉਹਨੂੰ ਆਪਣਾ ਨਵਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਿਯੁਕਤ ਕਰਤਾ ਕਿਹਨੂੰ ਰਿਪਲੇਸ ਕੀਤਾ ਇਹਨਾਂ ਨੇ ਇਹਨਾਂ ਰਿਪਲੇਸ ਕੀਤੇ ਆ ਬੱਚਿਓ ਕਾਸੀਆ ਨਟਾਨੋ ਨੂੰ ਹੁਣ ਇੱਥੇ ਤੁਹਾਨੂੰ ਦਿਖ ਰਿਹਾ ਕਿਤੇ ਵਟਾਲੂ ਵਟਾਲੂ ਕੀ ਨਾ ਟਵਾਲੂ ਟਵਾਲੂ ਹੋਊਗਾ ਤਾਂ ਇਹ ਆਪਣਾ ਭਾਰਤ ਇਹ థਾਈਲੈਂਡ ਵੀਅਤਨਾ ਮਿਆਂਮਾਰ ਵਗੈਰਾ ਆ ਇੰਡੋਨੇਸ਼ੀਆ ਆ ਗਿਆ ਇਹ ਆਸਟ੍ਰੇਲੀਆ ਹੋ ਗਿਆ ਇਹ ਪਾਪਵਾ ਨੂਗਿਨੀ ਹੋ ਗਿਆ ਹੈਨਾ ਇਹ ਹੈ ਦੇਖੋ ਛੋਟੇ ਜੇ ਆਈਲੈਂਡ ਨੇ ਟਵਾਲੂ ਤਾ ਜੀ ਟਵਾਲੂ ਦਾ ਨਵਾਂ ਮੁੱਖ ਮੰਤਰੀ ਬਣਿਆ ਜੀ ਬੱਚੇ ਫਿਲੇਟੀ ਟਿਓ ਰਿਪਲੇਸ ਕੀਤਾ ਇਹਨੇ ਕੌਜ਼ੀ ਨਟਾਨੋ ਨੂੰ ਫਲਾਟੋ ਦੀ ਕੈਪੀਟਲ ਹੈ ਫੁਨਫੂਟੀ ਤੇ ਇਹਦੀ ਕਰੰਸੀ ਆਸਟ੍ਰੇਲੀਅਨ ਡਾਲਰ ਤੇ ਟਵਾਲੂ ਐਂਡ ਡਾਲਰ ਕਿਉਂਕਿ ਸਭ ਤੋਂ ਵੱਡੀ ਕੰਟਰੀ ਜਿਹੜੇ ਇਹਨਾਂ ਦੇ ਨੇੜੇ ਲੱਗਦੀ ਹੈ ਉਹ ਆਸਟ੍ਰੇਲੀਅਨ ਹੈ ਆਸਟ੍ਰੇਲੀਆ ਹੈ ਓਬਵੀਅਸਲੀ ਗੱਲ ਹੈ ਜਦੋਂ ਇੱਕ ਛੋਟੇ ਜਿਹੇ ਟਾਪੂ ਹੋ ਤੁਸੀਂ ਤਾਂ ਤੁਹਾਨੂੰ ਬਾਕੀ ਕੰਟਰੀਆਂ ਦੀ ਹੈਲਪ ਦੀ ਲੋੜ ਪੈ ਸਕਦੀ ਹੈ ਹੈਨਾ ਤਾਂ ਧਿਆਨ ਰੱਖਣਾ ਆਸਟ੍ਰੇਲੀਅਨ ਡਾਲਰ ਹੋ ਜਾਂਦਾ ਹੈ ਚਲੋ ਮੈਨੂੰ ਕਿਉਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਕਰੰਟ ਅਫੇਅਰ ਕਰ ਲਿਆ ਅੱਜ ਬਸ ਕਰੀਏ ਹਾਂਜੀ ਗਾਇਸ ਦੁਨੀਆ ਭਰ ਦੇ ਅਜੀਬੋ ਗਰੀਬ ਨੇਮ ਇਹਨਾਂ ਦੇ ਯਕੀਨ ਕਿਉਂ ਨੇ ਸਰ ਨਹੀਂ ਯਾਰ ਉਹਨਾਂ ਲਈ ਸਾਡੇ ਜੀਵ ਹੋਣੇ ਹੈਨਾ ਉਹਨਾਂ ਨੇ ਜਿੱਦਾਂ ਹਰਕੀਰਤ ਸਿੰਘ ਮਨਿੰਦਰ ਸੰਧੂ ਉਹਨਾਂ ਲਈ ਉਹ ਜੀਵ ਹੋ ਸਕਦਾ ਬਸ ਕਰੀਏ ਕਿ ਚੱਲੀਏ ਹੋਰ ਕਰਾ ਦਈਏ ਨਹੀਂ ਨਹੀਂ ਕਹਿੰਦਾ ਕਿ ਮੈਂ ਬਸ ਕਰੀਏ ਹੋਰ ਕਰਾਂਗੇ ਅਜੇ ਚਲੋ ਕੱਲ ਕੱਲ ਰਿਵੀਜ਼ਨ ਕਰਾਂਗੇ ਨਾ ਸਾਰੀ ਕਲਾਸ ਚ ਬਹਿ ਕੇ ਵਧੀਆ ਚਲੋ ਸਰਬਨੰਦ ਸੋਨਵਾਲ ਤੁਹਾਨੂੰ ਪਤਾ ਸਾਡੇ ਜੀ ਆਯੂਸ਼ ਮੰਤਰੀ ਨੇ ਨਾਲ ਨਾਲ ਸ਼ਿਪਿੰਗ ਪੋਰਟਸ ਐਂਡ ਵਾਟਰ ਵੇਜ਼ ਵਾਲੇ ਮੰਤਰੀ ਨੇ ਇਹਨਾਂ ਨੇ ਆਪਣੇ ਪਹਿਲੇ ਮੇਡ ਇਨ ਇੰਡੀਆ ਐਸਟੀਡੀਐਸ ਟੱਗ ਦਾ ਉਦਘਾਟਨ ਕੀਤਾ ਹੁਣ ਟੱਗ ਹੁੰਦਾ ਕੀ ਹੈ ਟੱਗ ਬਸ ਇਹੋ ਜਿਹੀ ਇੱਕ ਕਿਸ਼ਤੀ ਹੈ ਜਿਹੜਾ ਕੰਮ ਪਤਾ ਕੀ ਹੈ ਵੀ ਮੰਨ ਲਓ ਕਿਸ਼ਤੀ ਚਲਦੀ-ਚਲਦੀ ਤੇਲ ਤੂਲ ਮੁੱਕ ਗਿਆ ਹੈ ਨਾ ਉਹਨੂੰ ਖਿੱਚਣਾ ਹੋਵੇ ਕੋਈ ਕਿਸ਼ਤੀ ਇਹ ਵੀ ਫਸ ਗਈ ਉਹਨੂੰ 빙ਾ ਸਿੱਧਾ ਕਰਨਾ ਹੋਵੇ ਇਹ ਕੰਮ ਹੁੰਦਾ ਹੈ ਟੱਗ ਦਾ ਠੀਕ ਹੈ ਅ ਟੱਗ ਬੋਟ ਔਰ ਟੱਗ ਇਸ ਅ ਮਰੀਨ ਵੈਸਲ ਜਿਹੜਾ ਕੰਮ ਕਰਦੀ ਹੈ ਬਾਕੀ ਵੈਸਲ ਨੂੰ ੱੱਕਾ ਮਾਰ ਕੇ ਖਿੱਚ ਕੇ ਜਾਂ ਤਾਂ ਉਹਨੂੰ ਸਿਰ ਤੋਂ ਮਤਲਬ ਬਿਲਕੁਲ ਟੱਚ ਕਰਕੇ ੱੱਕਾ ਮਾਰ ਕੇ ਜਾਂ ਫਿਰ ਰੱਸੀ ਪਾ ਕੇ ਖਿੱਚ ਕੇ ਤਾਂ ਉਹ ਹੁੰਦਾ ਹੈ ਜੀ ਟੱਗ ਤੇ ਹੁਣ ਭਾਰਤ ਦਾ ਪਹਿਲਾ ਮੇਡ ਇਨ ਇੰਡੀਆ ਟੱਗ ਸਾਨੂੰ ਮਿਲਿਆ ਹੈ ਹੁਣ ਪੜ੍ਹਨਾ ਜ਼ਰੂਰੀ ਹੈ ਕਿਹਨੇ ਬਣਾਇਆ ਇਹ ਕੋਚੀਨ ਸ਼ਿਪਯਾਰਡ ਲਿਮਟਿਡ ਨੇ ਬਣਾਇਆ ਤੇ ਨਾਂ ਤੁਹਾਡੇ ਸਾਹਮਣੇ ਆ ਲਿਖਿਆ ਦੇਖੋ ਟੋਪ ਤੇ ਛੋਟੀ ਤੇ ਲਿਖਿਆ ਨਾਮ ਓਸ਼ਨ ਗ੍ਰੇਸ ਹਨਾ ਕੀ ਲਿਖਿਆ Oshan Grace ਤਾਂ ਜੀ Cochin Shipyard Limited ਆਲਾ ਨੇ ਬਣਾਇਆ ਹੈ ਜੀ ਕਿੱਥੇ ਆ ਓਬਵੀਅਸ ਜੀ ਗੱਲ ਹੈ ਕੋਚੀ ਚ ਹੀ ਹੋਊਗਾ ਕੋਚੀਨ ਕਹਿ ਲੋ ਕੋਚੀ ਕਹਿ ਲੋ ਕਨਫਿਊਜ਼ ਨਾ ਹੋਇਆ ਕਰੋ ਇਹ ਗੋਰਿਆਂ ਨੇ ਕੀਤੇ ਹੋਏ ਨਾਂ ਬਗਾੜੇ ਹੋਏ ਨੇ ਜਿਹਦਾ ਨਾਂ ਹੈ थ्रू ਵਨੰਥਪੁਰਮ ਗੋਰਿਆਂ ਨੇ ਕੀ ਕਰਤਾ ਟ੍ਰਿਵੈਂਦਰਮ ਨਾਮ ਹੈ ਕੋਲਕਾਤਾ ਗੋਰਿਆਂ ਨੇ ਕੀ ਕਰਤਾ ਖਲਖਟਾ ਇਹ ਆਲਾ ਸਾਬ ਕਤਾਬ ਸੀਗਾ ਸਾਰਾ ਕੁਝ ਮਡਰੋਸ ਚੇਨਈ ਹੈਨਾ ਹੁਣ ਰਵਿੰਦਰਨਾਥ ਹੁਣ ਕਈ ਸਾਰੇ ਬੱਚਿਆਂ ਤੁਹਾਡੇ ਵਿੱਚ ਪਤਾ ਨਹੀਂ ਹੋਊਗਾ ਟੈਗੋਰ ਕੋਈ ਨਾਮ ਹੈ ਹੀ ਨਹੀਂ ਤੁਸੀਂ ਬੋਲੋਗੇ ਹੈ 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 1 ਮਿੰਟ ਰੁਕੋ ਅਮ੍ਰਿਤਪਾਲ ਕੋਰਦੀਆ ਮੈਂ ਇੱਕ ਮੈਂ ਆਈਡੀ ਆਈਡੀ ਮੈਂ ਇੱਕ ਮਿੰਟ ਸਕਰੀਨਸ਼ਾਟ ਲੈ ਲਵਾਂ 1 ਮਿੰਟ ਬੱਚੋ 1 ਮਿੰਟ ਯਾਰ ਕੁੜੀ ਦੀ ਬਹੁਤ دیر ਤੋਂ ਮੈਸੇਜ ਆ ਰਿਹਾ ਜੀ 1 ਮਿੰਟ ਬਸ ਆਈਡੀ ਦਾ ਮੈਂ ਲੈ ਲਿਆ ਇਹ ਚਲ ਹੁਣ ਕਮਾਲ ਦੀ ਗੱਲ ਤੁਹਾਨੂੰ ਪਤਾ ਲੱਗੂਗੀ ਵੀ ਟੈਗੋਰ ਕੋਈ ਨਾਮ ਹੈ ਹੀ ਨਹੀਂ ਟਗੋਰੇ ਤੋਂ ਠਾਕੁਰ ਨਹੀਂ ਬੋਲਾ ਜਾਂਦਾ ਸੀ गोरे बोलते सर ठकोर गोरे बोलते सी कि ठकोर और ठकोर ठकोर करके ठकोर ठकोर करते हुए उन्होंने ठगोर कर दिया तो रविंद्रनाथ टैगोर कोई नाम नहीं है नाम तो उनका असली रविंद्रनाथ ठाकुर है वो तो हूँ बस गोरिया ने चलाती जी चीज़ चलाती 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 उ सारा हाब कता चलो ए लास्ट कर दें टेंशन ना लो ਚਲੋ ਸਰਵਨਨ ਸੋਨਵਾਲ ਸਾਡੇ ਯੂਨੀਅਨ ਮਿਨਿਸਟਰ ਨੇ ਇਹਨਾਂ ਨੇ ਆਨਲਾਈਨ 60 ਟਨ ਦੇ ਪੁਲ ਟੱਗ ਜਿਹਦਾ ਨਾਮ ਹੈ ਓਸ਼ਨ ਗ੍ਰੇਸ ਇਹਦਾ ਉਦਘਾਟਨ ਕੀਤਾ ਤੇ ਇਹ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਐਸਟੀਡੀਐਸ ਟੱਗ ਹੈ ਜਿਹਨੂੰ ਕੋਚੀਨ ਸ਼ਿਪਯਾਰਡ ਲਿਮਟਿਡ ਨੇ ਬਣਾਇਆ ਹੈ ਕੰਮ ਕੀ ਟੱਗ ਦਾ ਮੈਂ ਕੀ ਕਿਹਾ ਸੀ ਬਸ ਖਿੱਚਣਾ ਧੋਣਾ ਕੰਮ ਹੈ ਇਹ ਯਾ ਟੱਕਰ ਮਾਰ ਕੇ ਯਾ ਰੱਸਾ ਪਾ ਕੇ ਉਹ ਕੰਮ ਹੈ ਬਸ ਹੋਰ ਕੁਝ ਕੰਮ ਹੈ ਹੀ ਨਹੀਂ ਬਹੁਤ ਭਾਰੀ ਹੁੰਦਾ ਹੈ ਵੱਡੀਆਂ ਮੋਟਰਾਂ ਹੁੰਦੀਆਂ ਨੇ ਇਹ ਕੰਮ ਹੈ ਇਹਦਾ ਤਾਂ ਕਿਉਂ ਕਰ ਰਹੇ ਨੇ ਆਪਾਂ ਇੱਕ ਨਾ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਬੱਚੋ ਗ੍ਰੀਨ ਟੱਗ ਟਰਾਂਜ਼ਿਸ਼ਨ ਪ੍ਰੋਗਰਾਮ ਹੁਣ ਤੁਹਾਨੂੰ ਪਤਾ ਹੈ ਅੱਜ ਕੱਲ ਸਰਕਾਰ ਇਹੀ ਹੋਈ ਵੀ ਹੈ ਵੀ ਹਰ ਚੀਜ਼ ਵਿੱਚ ਆਪਾਂ ਹਰਾ ਕਰਦੀ ਹੈ ਹੈਨਾ ਹਰੀਤ ਕ੍ਰਾਂਤੀ ਲੈ ਕੇ ਆ ਜਿਹਦੇ ਵਿੱਚ ਵੀ ਵੀ ਡੀਜ਼ਲ ਦੀ ਗੱਡੀਆਂ ਬੰਦ ਕਰਕੇ ਪੈਟਰੋਲ ਆਜੋ ਪੈਟਰੋਲ ਦੀਆਂ ਗੱਡੀਆਂ ਬੰਦ ਕਰਕੇ ਹਾਈਬ੍ਰਿਡ ਆਜੋ ਹਾਈਬ੍ਰਿਡ ਵਿੱਚ ਕੀ ਹੁੰਦਾ 40 50 ਦੀ ਸਪੀਡ ਤੱਕ ਗੱਡੀ ਇਲੈਕਟ੍ਰਿਕ ਤੇ ਚੱਲਦੀ ਹੈ ਉਹ ਤੋਂ ਤੇਜ਼ ਚਲਾਉਂਦੇ ਹੋ ਤਾਂ ਪੈਟਰੋਲ ਚੱਕ ਲੂਗੀ ਠੀਕ ਹੈ ਉਹਨੂੰ ਛੱਡ ਕੇ ਪਿਓਰ ਇਲੈਕਟ੍ਰਿਕ ਆ ਗਿਆ ਫਿਰ ਇਲੈਕਟ੍ਰਿਕ ਤੋਂ ਹਾਈਡਰੋਜਨ ਕਹਿੰਦੇ ਵਿਜ਼ਨ ਫਾਰ ਗ੍ਰੀਨ ਟੱਗਸ ਬਾਏ 2030 ਕਹਿੰਦੇ ਜੀ 50% ਜਿਹੜੇ ਟੱਗ ਨੇ ਇਹੀ ਖਿੱਚਣ ਤੋਂ ਆਲੇ ਕਹਿੰਦੇ 2030 ਤੱਕ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਆਪਾਂ ਹਰੇ ਕਰਦੀਏ ਮਤਲਬ ਕਿ ਇਹਨਾਂ ਨੂੰ ਡੀਜ਼ਲ ਪੈਟਰੋਲ ਜਿੱਥੋਂ ਵੀ ਚੱਲਦੇ ਹੋਣੇ ਉਹਦੀ ਥਾਂ ਆਪਾਂ ਬਿਜਲੀ ਨਾਲ ਚਲਾਈਏ ਉਹ ਹਾਜੀਆਂ ਚੀਜ਼ਾਂ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਉਹੋ ਜੀ ਚੀਜ਼ਾਂ ਉਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬੁੱਕ ਤੋਂ ਬਿਨਾ ਵੀਡੀਓ ਲੈਕਚਰ ਮਿਲ ਜੂंगे ਮਨਜੀਤ कौर ਪੰਜਾਬ ਮਹਾਪੈਕ ਵਿੱਚ ਮਿਲੇ ਹੋਏ ਨੇ ਜਿਹੜਾ ਪੰਜਾਬ ਮਹਾਪੈਕ ਹੈ ਉਹਨਾਂ ਨੂੰ ਵੀਡੀਓ ਲੈਕਚਰ ਤਾਂ ਫ੍ਰੀ ਹੈਗੇ ਆ ਬਟ ਉਹਨਾਂ ਕੋਲ ਕਿਤਾਬ ਹੈ ਨਹੀਂ ਬਿਨਾ ਕਿਤਾਬ ਦੇ ਵੀਡੀਓ ਲੈਕਚਰ ਦਾ ਕੀ ਫਾਇਦਾ ਹੈ ਬਾਕੀ ਹਾਂਜੀ ਚੁਆਇਸ ਇਸ ਯੂ ਆਰਸ ਚਲੋ ਫਿਰ ਹੋਰ ਕਹਿ ਰਹੇ ਨੇ ਕਿ ਅਸੀਂ ਬਾਕੀ 2027 ਤੱਕ ਕਹਿੰਦੇ ਜੀ ਕੋਚਿੰਗ ਸ਼ਿਪਯਾਰਡ ਲਿਮਟਿਡ ਤੋਂ ਦੋ ਹੋਰ ਇਹੋ ਜਿਹੇ ਕਹਿੰਦੇ ਟੱਗ ਆਪਾਂ ਲੈ ਕੇ ਆਵਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਹੁਣ ਕਰ ਲੈਣੇ ਆ ਬੱਚੋ ਪਰਸੋਂ ਦੇ ਕਰੰਟ ਅਫੇਅਰ ਦੀ ਵਨ ਲਾਈਨਰ ਫਾਰਮ ਚ ਹੁਣ ਕਈ ਸਾਰੇ ਤਾਂ ਬੁੰਦਲ ਗਏ ਹੋਣੇ ਬੱਚੇ ਦੇਖੋ ਕਲਾਸ ਦਾ ਫੰਡਾ ਕੀ ਹੈ கரنٹ ਅਫੇਅਰ ਆਪਾਂ ਢੇਰ ਕੀਤੇ ਆਪਾਂ ਰਿਵੀਜ਼ਨ ਵੀ ਠੋਕ ਕੇ ਕਰਦੇ ਆ ਕਿਉਂਕਿ ਰਿਵੀਜ਼ਨ ਤੋਂ ਬਿਨਾ ਪੇਪਰ ਦਾ ਬੱਚੇ ਕੋਈ ਫਾਇਦਾ ਹੈ ਹੀ ਨਹੀਂ ਰਿਵੀਜ਼ਨ ਤੋਂ ਬਿਨਾ ਪੇਪਰ ਦਾ ਬੱਚੇ ਫਾਇਦਾ ਹੈ ਹੀ ਨਹੀਂ ਠੀਕ ਹੈ ਤਾਂ ਆਪਾਂ ਅੱਜ ਦੇ ਕਰੰਟ ਅਫੇਅਰ ਕਰ ਲਿਆ ਆਪਾਂ ਪਹਿਲਾਂ ਪਹਿਲਾਂ ਆਪਾਂ ਕਿਤੇ 4 ਮਾਰਚ ਦੇ ਕੁਐਸਚਨਾਂ ਅੰਤਰ ਫਿਰ ਆਪਾਂ ਕਿਤੇ 5 ਮਾਰਚ ਦੇ ਡਿਟੇਲ ਹੁਣ ਆਪਾਂ ਕਰਨ ਜਾ ਰਹੇ ਹਾਂ ਬੱਚਿਓ 3 ਮਾਰਚ ਦੇ ਵਨ ਲਾਈਨਰ ਫਾਰਮ ਵਿੱਚ ਕੀ ਆ ਬਾਤ ਹੈ ਆਜੋ ਮ제 ਹੀ ਮ제 ਆਜੋ ਮ제 ਹੀ ਮ제 ਓਹ 1 ਮਿੰਟ ਰੁਕੋ ਗਾਈਜ਼ ਯਾਰ ਇਹਨਾਂ ਨੇ ਤਾਂ ਸਾਰਾ ਡਿਲੀਟ ਕਰਤਾ। ਓਹੋ। 1 ਮਿੰਟ ਰੁਕ ਜਾਓ ਗਾਇਜ਼ ਰਿਵੀਜ਼ਨ ਕਰਕੇ ਜਾਓ। ਇਹਨਾਂ ਨੇ account ਤਾਂ ਮੇਰਾ ਡਿਲੀਟ ਕਰਤਾ ਕਿਉਂਕਿ ਮੈਂ ਤਾਂ ਹੁਣੇ ਧਿਆਨ ਦਿੱਤਾ ਇਸ ਚੀਜ਼ ਤੇ। ਕੈਂ ਦੇ ਤੇਰੀ ਬਾਤੁ ਮੀ। ਇੱਕ ਤਾਂ Instagram ਖੋਲੋ ਦਸਾਂਝਾ ਵਾਲਾ ਦਸਾਂਝਾ ਵਾਲਾ ਹੋਈ ਪਈ ਐ ਨਾ। ਰਿਹਾਨਾ ਆ ਕੇ ਗਈ ਆਈ ਗਈ ਕੋਈ ਫਰਕ ਨਹੀਂ ਪੈਂਦਾ। ਬਸ ਹਰ ਥਾਂ ਤੇ ਦਸਾਂਝਾ ਵਾਲਾ ਹੋਇਆ ਪਿਆ। ਉਹੀ ਕਹਿ ਰਿਹਾ ਉਹ ਮੁੰਡਾ ਉਹਦਾ। ਤਕੜਾ ਜਿਹੜਾ ਮੁੰਡਾ ਅੰਬਾਨੀ ਦਾ ਕਹਿੰਦਾ ਪਾਜੀ 20 ਮਿੰਟ ਹੋਰ ਕਹਿੰਦੇ ਪਾਜੀ ਆਪ ਬੋਲੇ ਤਾਂ 30 ਮਿੰਟ ਹੋਰ ਗਾ ਦੇਂਗੇ ਮੈਂ ਦਿਲਜੀਤ ਨੂੰ ਕੀ ਆ ਕਹਿੰਦੇ 20 ਮਿੰਟ ਹੋਰ ਪੈਸੇ ਥੋੜੇ ਹੋਰ ਦੇ ਦੀ ਕਹਿੰਦੇ ਦੋਸਾਂਝਾਂ ਵਾਲਾ ਨਾਮ ਦਿਲਾ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਚਲੋ ਪਹਿਲਾ ਤਾਂ ਭਾਰਤੀ ਸਰਕਾਰ ਨੇ ਐਨਵੀਡੀਆ ਨਾਲ ਟਾਈ ਅਪ ਕੀਤਾ ਸੋਵਰਨ AI ਕਰਕੇ ਸੋਵਰਨ AI ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁਣ ਤੁਹਾਨੂੰ ਪਤਾ ਕਾਫੀ ਸਾਰੇ AI ਨੇ ਇੱਕ ਬੱਚੋ ਪ੍ਰੋਪਰ ਕਲਾਸ ਆਲਰੇਡੀ ਬਣੀ ਹੋਈ ਹੈ ਅਲੱਗ ਅਲੱਗ ਕੰਪਨੀਆਂ ਦੇ ਜਿਹੜੇ ਇੰਪੋਰਟੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕਿਹੜੀ ਕੰਪਨੀ ਨੇ ਕਿਹੜਾ ਕੀਤਾ ਲਾਂਚ ਉਹ ਜ਼ਰੂਰ ਦੇਖ ਲਿਓ YouTube ਉੱਤੇ ਪਿਆ ਹੋਇਆ ਸੈਸ਼ਨ Google ਕਰਕੇ ਸੌਰੀ YouTube ਤੇ ਲਿਖਿਓ ਪੰਜਾਬ ਵੱਡਾ 247 AI ਆਜੂਗੇ ਆਪਣੇ ਕੋਲ ਤੁਹਾਡੇ ਕੋਲ ਠੀਕ ਹੈ ਪਹਿਲਾ ਇਹ ਹੋ ਗਿਆ ਆਪਣਾ ਫਿਰ ਜਸਿੰਤਾ ਕਲਿਆਣ ਆਪਾਂ ਗੱਲ ਕੀਤੀ ਜੀ ਕਰਨਾਟਕਾ ਤੋਂ ਮੈਡਮ ਬਿਲੋਂਗ ਕਰਦੇ ਨੇ ਤੇ ਕਰਨਾਟਕਾ ਤੋਂ ਮਤਲਬ ਭਾਰਤ ਦੀ ਪਹਿਲੀ ਫੀਮੇਲ ਪਿਚ ਕਿਊਰੇਟਰ ਹੈ ਪਿਚ ਕਿਊਰੇਟਰ ਕੀ ਹੁੰਦਾ ਜਿਹੜੀ ਪਿਚ ਬਣਾਉਂਦੀ ਹੈ ਜਿੰਦਾ ਕਿਹਾ ਜਾਂਦਾ ਨਾ ਕਿ ਪਿਚ ਤੇ ਘਾਹ ਬਹੁਤ ਜ਼ਿਆਦਾ ਹੈ ਪਿਚ ਤਾਂ ਬਿਲਕੁਲੀ ਗੰਜੀ ਹੈ ਕਹਿੰਦੇ ਬਾਲ ਕਹਿੰਦੇ ਐਂ ਜਾ ਰਹੀ ਸੀਗੀ ਬਾਲ ਕਹਿੰਦਾ ਜੀ ਘੁੰਮ ਹੀ ਨਹੀਂ ਰਹੀ ਸੀਗੀ ਉਹ ਵਾਲਾ ਹਿਸਾਬ ਕਤਬ ਕੌਣ ਹੁੰਦਾ ਕਿੱਦਾਂ ਹੁੰਦਾ ਉਹ ਸਾਰਾ ਜਿਹੜਾ ਕਾਰਾ ਕਰਾਇਆ ਹੁੰਦਾ ਹੈ ਉਹ ਸਭ ਕੁਝ ਪਿਚ ਕਿਊਰੇਟਰ ਕਰਦਾ ਹੈ ਤਾਂ ਭਾਰਤ ਦੀ ਪਹਿਲੀ ਮਹਿਲਾ ਕਿਊਰੇਟਰ ਬਹੁਤ ਵੱਡਾ ਕੁਐਸਚਨ ਬਣ ਰਿਹਾ ਹੈ ਹੂ ਇ ਵਿਚ ਕਿਊਰੇਟਰ ਆਫ ਇੰਡੀਆ ਤਾਂ ਨਾ ਇਹਨਾਂ ਦਾ ਕੀ ਹੋ ਜਾਂਦਾ ਹੈ ਜਸਿੰთა ਕਲਿਆਣ ਸਰ ਬੁੱਕ ਵਾਲੀ ਕਲਾਸ ਕਦੋਂ ਲੱਗੂਗੀ ਬੱਚੇ 3 ਵਜੇ ਲੱਗੂਗੀ ਅੱਜ ਆਪਾਂ ਪਦਮਸ਼ਰੀ ਕਰਾਂਗੇ ਤਾਂ ਜਿਨ੍ਹਾਂ ਨੇ ਆਰਡਰ ਨਹੀਂ ਕੀਤੀ ਵੀਡੀਓ ਖਤਮ ਹੋਣ ਤੋਂ ਬਾਅਦ ਕਮੈਂਟਾਂ 'ਚ ਲਿੰਕ ਲੱਗਿਆ ਮਿਲ ਜਾਊਗਾ ਡਿਸਕਾਊਂਟ ਕੋਡ Y383S ਹੈ ਅਗਲਾ ਤੁਹਾਨੂੰ ਪਤਾ ਹੀ ਹੈ ਜੀ ਭੋਪਾਲ ਦੇ ਦੋ ਐਥਲੀਟਸ ਨੇ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਫਰੋਜ਼ਨ ਲੇਕ ਮੈਰਾਥਨ ਹੈ ਪੈੰਗੋਂਗ ਸੋ ਲੇਕ ਉਹ ਜਿੱਤ ਲਈ ਹੈ ਜੀ ਇਹਨਾਂ ਦੇ ਨਾਂ ਚੇਤੇ ਰੱਖਣੇ ਜ਼ਰੂਰੀ ਨੇ ਭਗਵਾਨ ਸਿੰਘ ਤੇ ਮਹੇਸ਼ ਖੁਰਾਨਾ ਹੈਨਾ ਭਗਵਾਨ ਸਿੰਘ ਤੇ ਮਹੇਸ਼ ਖੁਰਾਨਾ ਹਾਏ ਮੈਂ ਦੱਸੀ ਤੇ ਜਾਣੀ ਆ ਗੁਰਪਤ ਦਾ ਨਾਮ ਬਰੀਆ ਸੁਣਦੇ ਥੋੜੀ ਨੇ ਇਹ ਚਲੋ ਹਾਂਜੀ ਭਾਰਤ ਆਪਣਾ ਅੰਤਰਿਕਸ਼ ਸਟੇਸ਼ਨ ਬਣਾਉਣ ਲੱਗਿਆ ਜੀ 2035 ਤੱਕ ਨਾ ਕੀ ਹੋਊਗਾ ਉਹਦਾ ਭਾਰਤੀ ਅੰਤਰਿਕਸ਼ ਸਟੇਸ਼ਨ ਹੋਊਗਾ ਹਜੇ ਆਕਾਸ਼ ਦੇ ਵਿੱਚ ਸੌਰੀ ਅੰਤਰਿਕਸ਼ ਦੇ ਵਿੱਚ ਇੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਨੂੰ ਪੰਜ ਕੰਟਰੀਆਂ ਨੇ ਬਣਾਇਆ ਰਿਵੀਜ਼ਨ ਕਰੋਗੇ ਦੱਸੋ ਫਟਾਫਟ ਕਿਹੜੀ ਪੰਜ ਕੰਟਰੀਆਂ ਨੇ ਕਿਹੜੀ ਪੰਜ ਕੰਟਰੀਆਂ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਇਆ ਹੋਇਆ ਸ਼ਾਬਾਸ਼ ਯੂ ਐਸ ਏ ਵਧੀਆ ਹੋਰ ਜਾਪਾਨ ਬਹੁਤ ਵਧੀਆ ਹੋਰ ਕੈਨੇਡਾ ਵੈਰੀ ਗੁੱਡ ਯੂਰਪ ਵੈਰੀ ਗੁੱਡ ਪੰਜਵਾਂ ਰਹਿ ਗਿਆ ਉਹ ਕਮਲੇ ਰਸ਼ੀਆ ਤਾਂ ਇਹਨਾਂ ਪੰਜ ਕੰਟਰੀਆਂ ਨੇ ਲੜ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਤਿਆਰ ਕੀਤਾ ਸੀਗਾ ਯੂ ਐਸ ਏ ਰਸ਼ੀਆ ਕੈਨੇਡਾ ਜਾਪਾਨ ਤੇ ਯੂਰਪ ਇਹਨਾਂ ਵਿੱਚੋਂ ਰਸ਼ੀਆ ਪਹਿਲਾਂ ਹੀ ਬੋਲ ਚੁੱਕਾ ਹੈ ਕਿ ਭਾਈ 2025 ਤੱਕ ਸਸਰੀਕਾਲ ਟਾਟਾ ਗੁੱਡਬਾਏ ਹੋ ਜਾਣਾ ਹੈ ਤੇ ਇਹ ਵੈਸੇ ਵੀ ਕਹਿ ਰਹੇ ਨੇ ਕਿ 2030 ਤੱਕ ਅਸੀਂ ਇਹਨੂੰ ਤੋੜ ਦੇਣਾ ਹੈ ਕਿ ਬਹੁਤ ਟਾਈਮ ਹੋ ਗਿਆ ਇਹਨੂੰ ਨਿਕਲੇ ਹੋਏ ਹੁਣ ਹੋਰ ਨਹੀਂ ਕਰਨਾ ਚਲੋ ਅੱਗੇ ਸਪੀਡ ਬਹੁਤ ਇੰਪੋਰਟੈਂਟ ਹੈ ਦੀ ਯਾਦ ਰੱਖਣੀ ਹੈ ਬੱਚੋ 400 ਕਿਲੋਮੀਟਰ ਦੀ ਹਾਈਟ ਤੇ ਇਹ ਘੁੰਮਦਾ ਹੈ ਹੁਣ ਗਗਨ ਯਾਨ ਇੱਕ ਵਾਰ ਦੁਬਾਰੇ ਮੈਂ ਤੁਹਾਨੂੰ ਰਿਵਾਈਜ਼ ਕਰਾਉਣਾ ਚਾਹੂੰਗਾ ਕਿਉਂਕਿ ਬਹੁਤ ਇੰਪੋਰਟੈਂਟ ਟੌਪਿਕ ਹੈ ਜਿੰਨੀ ਵਾਰ ਕਰਾਵਾਂ ਉਹਨਾਂ ਘੱਟ ਹੈ ਤਾਂ ਸਸ ਅਸੀਂ 4 ਬੰਦੇ ਭੇਜ ਰਹੇ ਹਾਂ 3 ਦਿਨ ਦੇ ਟ੍ਰਿਪ ਦੇ ਲਈ ਠੀਕ ਹੈ ਜੀ 400 ਕਿਲੋਮੀਟਰ ਦੀ ਹਾਈਟ ਉੱਤੇ ਇਹਨੂੰ ਅਸੀਂ ਕਹਿੰਦੇ ਹਾਂ ਲਿਓ ਇਹ ਕੀ ਹੋਇਆ ਭਲਾ ਲੋਅ আর্থ ਆਰਬਿਟ ਠੀਕ ਹੈ ਤਾਂ ਚਾਰਾ ਬੰਦਿਆਂ ਦੇ ਨਾਂ ਕੀ ਨੇ ਧਿਆਨ ਰੱਖਣਾ ਹੈ ਜੀ ਆਪਾਂ ਯਾਦ ਕੀਤਾ ਹੈ ਜੀ ਪਾਸ ਪ੍ਰਸ਼ਾਂਤ ਅਜੀਤ ਅੰਗਦ ਤੇ ਸੁਭਾਂਚੂ ਸ਼ਕਲਾ ਪਹਿਲਾ ਤੇ ਇਕਲੌਤਾ ਭਾਰਤੀ ਸਿਟੀਜ਼ਨ ਜਿਹੜਾ ਬਾਹਰ ਗਿਆ ਸੀਗਾ ਉਹ ਗਿਆ ਸੀ ਸਾਲ 1984 ਵਿੱਚ ਰਸ਼ੀਆ ਵਾਲਿਆਂ ਦੇ ਉਸ ਟਾਈਮ ਯੂਐਸਐਸਆਰ ਹੁੰਦਾ ਸੀਗਾ ਸੋਯੂਜ਼ 에ਅਰਕ੍ਰਾਫਟ ਤੋਂ ਨਾ ਕਿ ਉਹਨਾਂ ਦਾ ਰਕੇਸ਼ ਸ਼ਰਮਾ ਪੰਜਾਬੀ ਮੁੰਡਾ ਹੈ ਜੀ ਧਿਆਨ ਰੱਖਿਓ ਹੀ ਬਿਲੋਂਗਸ ਟੂ ਪੰਜਾਬ ਚਲੋ ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ ਕੈਂਪੇਨ ਹੈ ਭਾਰਤੀ ਸਰਕਾਰ ਨੇ ਸ਼ੁਰੂ ਕੀਤਾ ਹੈ ਜਿਹੜੇ ਇੰਟਰਨੈਸ਼ਨਲ ਸੌਰੀ ਇੰਟਰਨੈਸ਼ਨਲ ਕਹਿ ਰਹਾ ਮੈਂ ਜਿਹੜੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਜਿੱਦਾਂ ਕਿ ਕਾਲਜ ਵਗੈਰਾ ਹੋਗੇ ਉੱਥੇ ਕੀਤਾ ਗਿਆ ਹੈ ਇਹਨੂੰ ਸ਼ੁਰੂ ਧਿਆਨ ਰੱਖਣੀ ਗੱਲ ਇਹ ਵੀ ਆਪਾਂ ਅਗਲਾ ਉੱਤਰਾਖੰਡ ਬਣ ਚੁੱਕਾ ਹੈ ਜੀ ਬੱਚਿਓ ਤੀਜਾ ਸਟੇਟ ਠੀਕ ਹੈ ਜੀ ਆਫਟਰ ਉੱਤਰ ਪ੍ਰਦੇਸ਼ ਆਫਟਰ ਹਰਿਆਣਾ ਜਿਹੜਾ ਵਿਦੰਗਾ ਜਿਹੜੇ ਦੰਗਾ ਕਰਦੇ ਲੋਕ ਕਹਿੰਦੇ ਤੂੰ ਗੱਡੀ ਫੂਕੀ ਐ ਤੂੰ ਹੀ ਇਹਦਾ ਪੈਸੇ ਦੇ ਤੂੰ ਗੱਡੀ ਫੂਕੀ ਐ ਤੂੰ ਹੀ ਇਹਦੇ ਪੈਸੇ ਦੇ ਇਹ ਸਾਲਾ ਅੱਗੇ ਫਿਰ ਸਚਿਨ ਜੈਨ ਜੀ World Gold Council ਹੈ ਜੀ ਇਹਨਾਂ ਨੇ ਸਚਿਨ ਜੈਨ ਨੂੰ ਆਪਣਾ ਐਸ ਸੀਈਓ ਅਪਾਇੰਟ ਕਰ ਦਿੱਤਾ ਹੈ ਜੀ ਧਿਆਨ ਰੱਖਣੀ ਗੱਲ ਇੰਡੀਆ ਦਾ ਸੀਈਓ ਅਪਾਇੰਟ ਕਰ ਦਿੱਤਾ ਹੈ ਠੀਕ ਹੈ ਤਾਂ ਜੀ ਇਹ ਸੀਗੀ ਜੀ ਕਲਾਸ ਅੱਜ ਦੀ ਠੀਕ ਹੈ ਜੀ ਹੁਣ ਫਟਾਫਟ ਸਾਰੇ ਮੇਰੇ ਬੱਚੇ ਮੇਰੇ ਬੱਚੋਂ ਫਟਾਫਟ ਸਾਰੇ ਉੱਥੇ ਪਹੁੰਚੋ ਬਹੁਤ ਹੀ ਇੱਕ ਖਾਸ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਜ਼ਰੂਰੀ ਇੱਕ ਅਨਾਉਂਸਮੈਂਟ ਹੈ ਤੁਹਾਡੇ ਸਾਰਿਆਂ ਦੇ ਲਈ ਇੱਕ ਮਿੰਟ ਦਿਖਾ ਦਿੰਨਾ ਮੈਂ ਤੁਹਾਨੂੰ ਸਟਾਰਟ ਹੋ ਗਈ ਯੈਸ ਇਟ ਹੈਜ਼ ਬਿਗਨ ਇੱਥੇ ਪਹੁੰਚੋ ਮੈਂ ਵੀ ਇੱਥੇ ਹੀ ਤੁਹਾਡੇ ਕੋਲ ਆ ਰਿਹਾ ਠੀਕ ਹੈ ਜੀ ਐਕਸਲੈਂਟ ਨਾ ਇੱਥੇ ਪਹੁੰਚੋ ਸਰ ਹੁਣੀ ਪਹੁੰਚ ਚੁੱਕੇ ਨੇ ਮੈਂ ਵੀ ਇੱਥੇ ਪਹੁੰਚ ਰਿਹਾ ਸਾਰੇ ਜਣੇ ਆਇਓ ਬਸ 15-20 ਮਿੰਟ ਦੀ ਗੱਲ ਹੈ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਹੈ ਸੁਣ ਕੇ ਜ਼ਰੂਰ ਜਾਇਓ ਥੋਡੀ ਸਰਕਾਰੀ ਨੌਕਰੀ ਦੇ ਲਈ ਹੈ ਠੀਕ ਹੈ ਥੋਡੀ ਸਰਕਾਰੀ ਨੌਕਰੀ ਦੇ ਲਈ ਹੈ ਤੇ ਸਾਰੀਆਂ ਕਿਤਾਬਾਂ ਦੇ ਲਿੰਕ ਬੱਚੇ ਦਵਾਰੇ ਮੈਂ ਕਹਿ ਦੇਣਾ ਕਮੈਂਟਾਂ ਦੇ ਵਿੱਚ ਲੱਗੇ ਹੋਏ ਨੇ ਵੀਡੀਓ ਲੈਕਚਰ ਦੀ ਟੈਨਸ਼ਨ ਹੈ ਈ-ਬੁੱਕ ਦੀ ਟੈਨਸ਼ਨ ਹੈ A to Z ਵੀਡੀਓ ਦੇ ਕਮੈਂਟਾਂ 'ਚ ਲੱਗ ਜਾਣਗੇ ਡਿਸਕਾਊਂਟ ਕੋਡ ਤੁਹਾਡੇ ਸਾਹਮਣੇ ਹੈ Y383S ਠੀਕ ਹੈ ਬੱਚੋ ਚਲੋ ਆਲ ਦਾ ਬੈਚ ਸਤਿ ਸ਼੍ਰੀ ਅਕਾਲ ਜੈ ਹਿੰਦ ਜ